ਜਦੋਂ ਬੰਦੇ ਦੇ ਨਾ ਘਰ ਦੇ ਹਾਲਾਤ ਐਂ ਹੋ ਜਾਣ ਨਾ ਬਾਈ, ਉਦੋਂ ਕਿਸੇ ਨੂੰ ਦਿਸਣ ਨਹੀਂ ਦਿੰਦੇ। ਕਿਸੇ ਟਾਈਮ ਮੈਂ ਨਾ ਲਿਫਾਫੇ ਦੇ ਵਿੱਚ ਨਿਕਲ ਲੰਗੋਟਾ ਲੈ ਕੇ ਜਾਂਦਾ ਹੁੰਦਾ ਸੀ ਮੈਂ 2011-12 ਤੱਕ। ਨਿਕਲ ਲੰਗੋਟਾ ਮੇਰਾ ਇਕੱਲਾ ਲਿਫਾਫੇ 'ਚ ਹੀ ਹੁੰਦਾ ਸੀ ਬਾਈ। ਤੇ ਜਦੋਂ ਘਰੇ ਆ ਕੇ ਮਾਤਾ ਨੇ ਤੇ ਉਹਨੇ ਦੇਖਣਾ ਕਿ ਲੇਕਿਨ ਜਿਹੜੇ ਮੁੰਡੇ ਬਾਹਰ ਆ ਤੇ ਵੀ ਉਹਨਾਂ ਦੇ ਟੈਟੂ ਕਰਕੇ ਉਹ ਬਾਹਰ ਜਾਂਦੇ ਆ। ਹਾਂ ਬੀਬੀ, ਤੇ ਹੁਣ ਤੂੰ ਬਣਾ ਲਿਆ, ਹੁਣ ਤੂੰ ਤੂੰ ਵੀ ਹੁਣ ਬਾਹਰ ਜਾ ਵੜੇਗਾ। ਹਾਂ ਬੀਬੀ, ਹੁਣ ਮੈਂ ਵੀ ਬਾਹਰ ਜਾੜੂਗਾ। ਭੋਲੀ ਆ ਬਾਈ, ਉਹਨੂੰ ਪਤਾ ਨੀਗਾ ਵਿਚਾਰੀ ਨੂੰ। ਕੋਲੇ ਖੜ ਕੇ ਮਨ ਨੂੰ ਜਦੋਂ ਯਾਦ ਕਰ ਲਈਦਾ ਨਾ, ਆਪਦੇ ਮਨ ਨੂੰ ਆਏ ਹੋ ਜਾਂਦਾ ਵੀ ਯਾਰ ਉਹ ਮਾਂ ਦਾ ਪੁੱਤ, ਯਾਰ ਮੇਰੀ ਮਾਂ ਖੇਡ ਕਬੱਡੀ ਦੇ ਲੇਖੇ ਲੱਗ ਗਿਆ ਯਾਰ। ਔਖਾ ਲੱਗਦਾ ਯਾਰ ਬਾਈ, ਕਿ ਪਲੇਅਰ ਦੀ ਜ਼ਿੰਦਗੀ ਦਾ ਤੇ ਆ ਯਾਰ, ਪਤਾ ਨੀ ਉਹਨੇ ਘਰੇ ਮੁੜਨਾ ਕਿ ਨਹੀਂ ਮੁੜਨਾ ਯਾਰ ਬਾਈ। ਇਹਨਾਂ ਨੂੰ ਸ਼ੌਕ ਹੈਗਾ ਖੇਡਣ ਦਾ ਬਈ, ਜਿੰਨੇ ਨਿੱਕੇ ਤੇ ਨਿੱਕੇ ਨਾ ਜਿੰਨੇ ਆਣ ਕੇ ਵੀਰੇ ਸਾਡੇ ਨਾਲ ਕਬੱਡੀ ਖੇਡੇਗਾ, ਵੀਰੇ ਸਾਨੂੰ ਖੜਾ ਦੇ, ਜਿਵੇਂ ਇੱਥੇ ਪ੍ਰੈਕਟਿਸ ਵੀ ਕਰਨੀ ਹੁੰਦੀ ਨਾ ਪਹਿਲਾਂ ਮੈਨੂੰ ਇਹਨਾਂ ਨਾਲ ਖੇਡਣਾ ਪੈਂਦਾ ਬਈ। ਅੱਛਾ, ਹਾਂ ਨਿੱਕੇ ਨਿੱਕੇ ਨੇ ਨਾ ਕਬੱਡੀਆਂ ਪਾਉਣੀਆਂ ਏ, ਚਲੋ ਏ ਬਾਈ ਤੇ ਪਾਲੇ ਤੇ ਪਾਉਣੀਆਂ ਏ, ਮੈਂ ਕਹਿੰਦਾ ਮੈਂ ਹੀ ਪਾਲਾਂ ਹੋਰ। ਤੇ ਆ ਕੇ ਇੱਥੇ ਘਰਾਂ ਦੀ ਇਹਨਾਂ ਨੂੰ ਫੜ ਫੜ ਕੇ ਭਿਆਈ ਜਾਣਾ, ਖੇਡੀ ਜਾਣਾ ਓਏ ਅੱਜ ਮੈਂ ਬਾਈ ਨੂੰ ਹਰਾਇਆ ਏ, ਅੱਜ ਲੱਖੇ ਕੋਟ ਕੋੜਾ ਨੂੰ ਹਰਾ ਕੇ ਆਉਂਦਾ ਏ, ਪੂਰੀਆਂ ਇਹਨਾਂ ਨੂੰ ਬਈ ਐਂ ਦਾ ਨਸ਼ਾ ਹੋ ਜਾਂਦਾ, ਮੈਂ ਇਹਨਾਂ ਚੱਲ ਗਈਆਂ ਨਿੱਕੇ ਨਿੱਕੇ ਆ, ਐਂ ਸਾਨੂੰ ਕਿਸੇ ਨੇ ਲਾਇਆ ਬਾਈ, ਐਡਾ ਐਡਾ ਖੇਡਦੇ ਹਾਂ ਬਈ। ਕਿ ਅੱਜ ਮਨ ਨੂੰ ਐਂ ਆਉਂਦੀ ਕਿ ਕਿੰਨੇ ਵਾਰੀ ਰੋ ਕੇ ਸੋਏ ਆ, ਕਿੰਨੇ ਵਾਰੀ ਰੋ ਕੇ ਉੱਠੇ ਆ, ਜੇ ਜ਼ੂਮ ਕਰਕੇ ਦੇਖੀਏ ਨਾ ਬੋਡੀ ਨੂੰ ਤਾਂ ਧੋਖੇ ਧੋਖੇ ਲਿਖੇ ਹੋਏ ਆ ਬਾਈ, ਕਿ ਕੋਈ ਦਿਨ ਸੌਖਾ ਨਹੀਂ। ਜੇ ਗਰੀਬੀ ਦੀ ਗੱਲ ਕਰਾਂ, ਗਰੀਬੀ ਐਨ ਤੰਦੂਰ 'ਚ ਵਿੱਚ ਤਪਿਆ ਵਿਆ ਤੇ ਭਖਿਆ ਵਿਆ, ਉਹਦੇ 'ਚ ਵੀ ਵਲ ਕੇ ਆ ਬਣਿਆ ਵਿਆ, ਅਗਲਾ ਕਹਿੰਦਾ ਨਾ ਬਾਈ ਹਾਂ ਖੜਾ ਇਹਦਾ ਬਾਈ ਇਹ ਗਰੀਬੀ ਆ, ਅਗਲਾ ਕਹਿੰਦਾ ਯਾਰ ਬਾਈ ਸਰੀਰ ਇਹਦਾ ਬਾਈ ਇਹ ਇਸੇ ਤਪਸ਼ ਦੇ ਵਿੱਚੋਂ ਹੀ ਬਣਿਆ ਵਿਆ, ਇਸੇ ਕਲਪਨਾ 'ਚੋਂ ਬਣਿਆ। ਕਿ ਐਵ ਜਿਹੇ ਜਿਹੇ ਦਿਨ ਬਾਈ, ਇੱਕ ਟਾਈਮ ਆਟਾ ਸੁਬਹਾ ਦਾ ਸੁਬਹਾ ਤੇ ਸ਼ਾਮ ਦਾ ਸ਼ਾਮ ਨੂੰ ਲੈ ਕੇ ਆਉਂਦੇ ਰਹੇ ਹਾਂ, ਚੱਕੀ ਵਾਲਾ ਵੀ ਆਟਾ ਨਹੀਂ ਸੀ ਦਿੰਦਾ। ਕਿ ਐਂ ਦੇ ਦਿਨ ਹੋ ਗਏ ਸੀਗੇ, ਕਿ ਘਰ ਦੇ ਹਾਲਾਤ ਬਾਈ ਨਿੱਕੇ ਨਿੱਕੇ ਸੀਗੇ, ਜਦੋਂ ਘਰ 'ਤੇ ਐਡੀ ਗਵਾਬ ਆ ਗਈ ਸਾਰੇ ਪਿੰਡ ਨੂੰ ਪਤਾ ਕਿ ਯਾਰ ਇਹਨਾਂ ਦਾ ਘਰ ਅੱਗ ਲਾ ਕੇ ਸੜਤਾ ਸੀਗਾ, ਵੀ ਮੇਰੇ ਚਾਚੇ ਤੋਂ ਅੱਗ ਲੱਗ ਗਈ ਸੀ ਤੇ ਸਾਰਾ ਘਰ ਸੜ ਗਿਆ ਸੀ ਬਾਈ। ਤੇ ਰਾਤੇ ਰਾਤ ਕਦੋਂ ਦੀ ਗੱਲ ਹੈ ਇਹ ਬਾਈ? ਮੈਂ ਨਿੱਕਾ ਜਿਹਾ ਸੀਗਾ ਉਦੋਂ, ਵੀ ਬਹੁਤ ਛੋਟੇ ਸੀਗੇ, ਵੀ ਰਾਤੇ ਰਾਤ ਭੱਜ ਕੇ ਨਿਕਲੇ ਸੀਗੇ, ਵੀ ਘਰ ਦੇ ਐ ਇੰਨੇ ਕੁ ਵਾਰ ਲੱਗੀ ਸੀ ਅੱਗ ਬਾਈ, ਲਾਤੀ ਸੀ ਚਾਚੇ ਤੋਂ, ਉਹਦੇ ਦਿਮਾਗ ਦੇ ਵਿੱਚ ਥੋੜੀ ਪ੍ਰੋਬਲਮ ਹੋ ਗਈ ਸੀਗੀ, ਵੀ ਘਰ ਦੇ ਗੱਲ ਹੀ ਇਹੋ ਜਿਹੇ ਹਾਲਾਤ ਬਣ ਗਏ ਸੀ ਕਿ ਰਾਤੇ ਰਾਤ ਇੱਕ ਕੋਠਾ ਪਾ ਕੇ ਰਹੇ ਸੀ ਬਾਈ। ਇੱਕ ਕੋਠਾ ਵੀ ਪਿੰਡ ਦੇ ਬੰਦਿਆਂ ਨੇ ਰਾਤੇ ਰਾਤ ਛੱਤ ਪਾ ਕੇ ਦਿੱਤੀ ਸੀ ਕਿ ਯਾਰ ਵਿਚਾਰੇ ਰਹਿ ਲੈਣਗੇ। ਤੇ ਬਾਈ ਉਹ ਕੋਠਾ ਵੀ ਉੱਤੇ ਡਿੱਗਣ ਵਾਲਾ ਹੋਇਆ ਪਿਆ ਸੀਗਾ ਉਸ ਟਾਈਮ, ਕਿ ਬਸ ਐਂ ਕਰ ਕਰਾ ਕੇ ਦਿਹਾੜੀਆਂ ਕਰ ਕਰਕੇ ਨੂੰ ਮਸਾਂ ਬਈ ਆ ਦੋ ਕੋਠੇ ਪਾਏ, ਕਿ ਇਹਨਾਂ ਨੂੰ ਹਜੇ ਤੱਕ ਬਾਹਰ ਤੱਕ ਨਾ ਲੱਗੇ। ਅੱਜ ਗਿੱਟਿਆਂ ਦੇ ਨੀ ਕੈਪਾਂ ਤੋਂ ਲੈ ਕੇ ਹੈਂ ਲਾ ਮੋਢਿਆਂ ਤੱਕ ਬੰਦੇ ਦੀ ਸਾਰੀ ਕਵਰ ਅਪ ਆ ਹਰੇਕ ਪਲੇਅਰ ਦੀ। ਹੈਂ ਕਿਸੇ ਟਾਈਮ ਮੈਂ ਨਾ ਲਿਫਾਫੇ ਦੇ ਵਿੱਚ ਨਿੱਕਲ ਲੰਗੋਟਾ ਲੈ ਕੇ ਜਾਂਦਾ ਹੁੰਦਾ ਸੀ ਮੈਂ 2011-12 ਤੱਕ। ਨਿੱਕਲ ਲੰਗੋਟਾ ਮੇਰਾ ਇਕੱਲਾ ਲਿਫਾਫੇ 'ਚ ਹੀ ਹੁੰਦਾ ਸੀ ਬਾਈ, ਉਹ ਵੀ ਮੈਨੂੰ ਬਾਈ ਤੇਜੀ ਨੇ ਰਾਮੂ ਵਾਲਿਆਂ ਨੇ ਇਹਨਾਂ ਨੇ ਕਿਹਾ ਲੱਖੇ ਹੁਣ ਤਾਂ ਟਾਈਮ ਬਦਲ ਗਿਆ, ਵੀ ਤੂੰ ਵੀ ਇਹ ਬਦਲ ਦੇ ਕੈਟ ਲੈ ਲਾ ਯਾਰ ਬਾਈ, ਵੀ ਆਪਾਂ ਨੂੰ ਯਾਰ ਨੱਜਾ ਯਾਰ ਲੱਖੇ, ਇਹ ਨਹੀਂ ਗੱਲ ਹੁੰਦੀ। ਹਰ ਕੇ ਬਾਈ ਮੈਂ ਉਦੋਂ ਕੈਟ ਲਈ, ਫਿਰ ਹੌਲੀ ਹੌਲੀ ਚੱਲ ਅੱਜ ਭਰਾਵਾਂ ਦੇ ਪਿਆਰ ਨਾਲ ਮੈਨੂੰ ਨੀ ਕੈਪ ਵੀ ਕਿਸੇ ਭਰਾਵਾਂ ਨੇ ਐਂ ਲੈ ਕੇ ਦਿੱਤੇ ਬਾਈ, ਫੌਜੀ ਨੇ ਇਸੇ ਵਾਲੇ ਨੇ ਮੈਨੂੰ ਇਹਨਾਂ ਲੱਖੇ ਨੀ ਕੈਪ ਲੈ ਲਾ, ਮੈਨੂੰ ਮੋਢਿਆਂ ਵਾਲਾ ਵਿਚਾਰੇ ਨੇ ਉਹਨੇ ਲਿਆ ਕੇ ਦਿੱਤਾ, ਨਾਲੇ ਉਹ ਡਿਊਟੀ ਜਾਂਦਾ, ਨਾਲੇ ਉਹਨੇ ਮੇਰਾ ਸਾਰਾ ਕੁਛ ਲਿਆ ਕੇ ਦਿੱਤਾ, ਗੋਡਿਆਂ ਵਾਲੇ ਲੈ ਲੱਖੇ ਆਹ ਲੈ ਉਹ ਲੈ, ਤੂੰ ਕਿਸੇ ਤੋਂ ਚੀਜ਼ ਨਾ ਮੰਗੀ ਟੂਰਨਾਮੈਂਟ 'ਤੇ, ਤੈਨੂੰ ਕਿਸੇ ਤੋਂ ਨੀ ਕੈਪ ਨਾ ਮੰਗਣਾ ਪਵੇ, ਤੈਨੂੰ ਟੂਰਨਾਮੈਂਟ 'ਤੇ ਆਹ ਨਾ ਚੀਜ਼ ਮੰਗਣੀ ਪਵੇ, ਤੇਰੇ ਕੋਲ ਚੀਜ਼ ਸਾਰੀ ਆਪਦੀ ਹੋਵੇ। ਹੈਂ ਕਿਉਂਕਿ ਬਾਈ ਚੱਲ ਮੰਨਦੇ ਹਾਂ ਕਿ ਮੇਰੀ ਮਜਬੂਰੀ ਯਾਰ, ਮੈਂ ਗਰੀਬੀ ਆ, ਮੈਂ ਘੱਟ ਚੀਜ਼ ਨਾਲ ਵਰਤ ਲੂੰਗਾ, ਮੈਂ ਘੱਟ ਚੀਜ਼ ਪਾ ਲੂੰ, ਪਰ ਜਿਹੜੇ ਭਰਾ ਪਿਆਰ ਕਰਦੇ ਨਾ ਉਹਨਾਂ ਨੂੰ ਆ ਜਾਂਦਾ ਕਿ ਯਾਰ ਸਾਡੇ ਵੀਰੇ ਦੇ ਨਾ ਕੋਈ ਚੀਜ਼ ਘੱਟ ਨਾ ਹੋਵੇ। ਹੈਂ ਆਪਾਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਕਿ ਨਹੀਂ ਬਾਈ, ਕਿ ਤੁਸੀਂ ਇੱਥੋਂ ਤੱਕ ਸੋਚਦੇ ਆ ਯਾਰ, ਤੁਸੀਂ ਕੋਈ ਖੇਡਣੀ ਨਹੀਂ, ਤੁਸੀਂ ਕੋਈ ਇਹ ਕੰਮ ਨਹੀਂਗਾ ਤੁਹਾਡਾ ਇਹ, ਹੈਂ ਤੁਸੀਂ ਕੰਮ ਆਪਦਾ ਕਰਦੇ ਆ, ਤੁਸੀਂ ਸੋਚਦੇ ਸਾਡੇ ਬਾਰੇ ਆ ਯਾਰ। ਲੱਖੇ ਵੀਰੇ ਜਿੱਦਾਂ ਨਾ ਜੁੱਫੇ ਮੈਂ ਵੀ ਤੁਹਾਡੇ ਦੇਖੇ ਹੋਏ ਆ ਜੀ ਬਾਈ, ਜਿੱਦਾਂ ਜਾਂ ਆਪਾਂ ਜਿੰਨਾ ਪਲੇਅਰਾਂ ਨੂੰ ਮਿਲਦੇ ਆ ਉਹ ਵੀ ਆਪਣੇ ਦੱਸਦੇ ਆ ਹਾਂਜੀ ਬਾਈ, ਵੀ ਲੱਖਾ ਬੜਾ ਵਧੀਆ ਜਾਫੀ ਸੀਗਾ। ਹਾਂਜੀ ਬਾਈ, ਹਾਂਜੀ ਬਾਈ, ਤੇ ਪ੍ਰਮੋਟਰਾਂ ਦੀ ਨਿਗਾਹ ਹੀ ਨਹੀਂ ਤੁਹਾਡੇ ਵੱਲ ਪਈ ਕਿ ਕੀ ਆਪਣੇ ਚੱਕਰ ਹੋ ਗਏ ਬਾਈ? ਜਦੋਂ ਬੰਦੇ ਦੇ ਨਾ ਘਰ ਦੇ ਹਾਲਾਤ ਐਂ ਹੋ ਜਾਣ ਨਾ ਬਾਈ, ਉਦੋਂ ਕਿਸੇ ਨੂੰ ਦਿਸਣ ਨਹੀਂ ਦਿੰਦੇ। ਅੱਛਾ, ਆਹਾਂ ਮੈਂ ਇਹ ਚੀਜ਼ ਨੂੰ ਨਾ ਇੱਕ ਚੰਗੀ ਤਰ੍ਹਾਂ ਦੇਖਿਆ ਕਿ ਵੀ ਬੇਸ਼ੱਕ ਦੀ ਉਹ ਯਾਰ, ਮੈਂ ਤਾਂ ਪਹਿਲੀ ਗੱਲ ਤਾਂ ਬਾਈ ਮੈਂ ਇਹ ਸਮਝਦਾ ਕਿ ਮੈਂ ਤਾਂ ਕੁਛ ਵੀ ਨਹੀਂ ਬਾਈ, ਮੰਦਰ ਸੀ ਕੋਟ ਕਰੋੜ, ਉਹਦੇ ਵਰਗਾ ਰੇਡਰ ਹੈ ਨਹੀਂ ਸੀ ਬਾਈ ਕੋਈ। ਅੱਛਾ, ਉਸਤਾਦ ਵੀ ਆਪਣਾ ਬੰਦੇ ਨੂੰ ਬਾਈ ਸਾਲ ਜੱਫਾ ਹੈ ਨਹੀਂ, ਸਾਲ ਹੋ ਗਿਆ ਬਾਈ ਮੰਦਰ ਬਾਈ ਨੂੰ ਜੱਫਾ ਹੈ ਨਹੀਂ, 2 ਸਾਲ ਹੋ ਗਏ ਬਾਈ ਜੱਫਾ ਹੈ ਨਹੀਂ, ਅੱਛਾ 3 ਸਾਲ ਹੋ ਗਏ ਬਾਈ ਜੱਫਾ ਹੈ ਨਹੀਂ, ਐਂ ਐਂ ਗੱਲਾਂ ਹੁੰਦੀਆਂ ਸੀ ਬਾਈ। ਗਿਆ ਤਾਂ ਬਾਈ ਨਹੀਂ ਬਾਹਰ, ਹੈ ਤਾਂ ਬਾਈ ਇੱਥੇ ਹੈ, ਕਿਉਂਕਿ ਬਾਈ ਯਾਰ ਕੋਈ ਵੀ ਪਲੇਅਰ ਆ ਨਾ ਜਦੋਂ ਇੰਨੇ ਸਾਲ ਪਲੇਅਰ ਆਪਣੀ ਜ਼ਿੰਦਗੀ ਦੇ ਕੇ ਨਾ ਅੰਤਕਾਲ ਉਹ
कुछ ना कुछ गलत ही सोचता सैड लेंदा हुंदा, पर उन्हें मैनूं फिर भी टाइम टाइम से समझाई रख्या लखे नहीं लखे नहीं। मैं उहदा यही शुकराना कर दां कि परमात्मा मैनूं भरावां ने कहना कि लखे खेडी चल मेहनत करी चल, क्योंकि बई मैं मेहनत ना मुढ तो लैके अज तक नहीं छड्डी बई, मैनूं इहदा इन्ना ही शौक आ चाहे खेडदे सी नहीं खेडदे सी मेहनत करना। मैं पिछे 2 साल हट गया या इंटरव्यू होण करके भरावां दा फोन आउण प्यार करके मैं फिर दोबारा खेडण लग गया। अच्छा, पर मैं जिम जां ग्राउंड प्रैक्टिस इहनूं बहिणा ही रात दा बरकरारी, बेशक दी मेरी मैनूं खुराक होवे पहुंच होवे ना होवे ओह वखरी गल आ, ਪਰ ਇਹਨੂੰ ਬਈ ਆਪਾਂ ਕਹਿ ਨਹੀਂ ਰੱਖਦੇ। ਲੱਖੀ ਵੀਰੇ ਜਦੋਂ ਤੁਹਾਨੂੰ ਮੈਚ ਵੀ ਮਿਲਦੇ ਹੁੰਦੇ ਸੀਗੇ ਜਦੋਂ ਆਪਣੇ ਤੁਸੀਂ ਖੇਡਦੇ ਹੁੰਦੇ ਸੀ ਵਧੀਆ, ਹਾਂਜੀ ਉਦੋਂ ਆਪਣੇ ਘਰ ਦੇ ਹਾਲਾਤ ਥੋੜੇ ਬਹੁਤੇ ਸੁਧਰ ਗਏ ਸੀ ਕਿ ਆਈ ਚਲਾਈ ਹੁੰਦੀ ਸੀ? ਬਈ ਆਈ ਚਲਾਈ ਸੀਗੀ ਵੀ ਐਂ ਸੀਗਾ ਬਈ ਵੀ ਜੇ ਮੈਨੂੰ 500 ਰੁਪਇਆ ਵੀ ਆਉਣਾ ਨਾ ਮੈਚ ਤੋਂ ਬਈ ਉਦੋਂ ਨਾ ਪ੍ਰਾਈਜ਼ ਵੀ ਥੋੜੇ ਹੁੰਦੇ ਸੀਗੇ, ਹੁਣ ਤਾਂ ਬਈ ਹਜ਼ਾਰਾਂ ਚ ਉਦੋਂ ਤਾਂ 7-5 ਤੋਂ ਉੱਪਰ ਨੂੰ ਹੁੰਦਾ ਸੀਗਾ, ਸਾਨੂੰ 3-2 ਹੁੰਦਾ ਸੀ 62 ਕਿਲੋ ਨੂੰ ਤੇ 2500 2000 ਰੁਪਇਆ 57 ਕਿਲੋ ਨੂੰ ਤੇ ਬਸ ਆ 1000 1552 ਕਿਲੋ ਨੂੰ। ਅੱਜ ਤੱਕ ਵੱਧ ਤੋਂ ਵੱਧ ਨਾ ਕਿੰਨੇ ਕੁ ਪੈਸੇ ਲੈ ਕੇ ਆਏ ਘਰੇ? ਵੱਧ ਤੋਂ ਵੱਧ ਬਈ ਐਂ ਤਾਂ ਵੀ ਜੇ ਮੈਂ 5-500 ਕਰਕੇ ਇਕੱਠਾ ਤੇ ਵੀ ਮੈਂ 10,000 ਰੁਪਇਆ ਵੀ ਇਕੱਠਾ ਕਰ ਲੈਣਾ, ਜੇ ਮੈਨੂੰ ਕਿਤੇ 5-7,000 ਰੁਪਇਆ ਵੀ ਆ ਜਾਣਾ 10,000 ਰੁਪਇਆ ਵੀ ਆ ਜਾਣਾ ਕਿਤੋਂ ਇਕੱਠਾ ਖੇਡ ਕੇ ਤੇ ਪਰ ਬਈ ਦੇਣੇ ਘਰੇ। ਅੱਛਾ, ਦੇਣੇ ਘਰੇ ਬਾਈ ਯਾਰ ਬਈ ਪਾਪੇ ਦੇ ਨਾ ਆਪਣੇ ਤੋਂ ਹਾਲਾਤ ਨੀ ਦੇਖ ਕੇ ਆਉਂਦੇ ਕਿ ਯਾਰ ਉਹ ਬਹੁਤ ਉਹਨੇ ਵੀ ਸੰਘਰਸ਼ ਕੀਤਾ, ਉਹਨੇ ਕੁਛ ਆਏ ਨੀ ਵੀ ਚੱਲ ਜੇ ਪੈਲੀ ਪੱਠਾ ਸੀ ਵਿਕ ਗਿਆ ਬਾਈ, ਪਰ ਉਹਨੇ ਉਹਨੇ ਗਲਤ ਨੀ ਕੀਤਾ ਬਾਈ ਕੁਛ ਵੀ, ਜਾਂ ਉਹਨੇ ਕੋਈ ਜੂਆ ਖੇਡਿਆ ਜਾਂ ਉਹਨੇ ਕੋਈ ਗਲਤ ਕੀਤਾ, ਚਲੋ ਹਾਲਾਤ ਆ ਗਏ ਯਾਰ ਬਾਈ ਉਹ ਵੱਖਰੀ ਗੱਲ ਆ ਯਾਰ। ਐ ਪਰਮਾਤਮਾ ਨੇ ਉਹਨੂੰ ਪੁੱਤ ਵੀ 3 ਦਿੱਤੇ ਆ ਤੇ ਚੱਲ ਅਸੀਂ ਖੜੇ ਵੀ ਨਾਲ ਬਾਬੇ ਦੀ ਕਿਰਪਾ ਨਾਲ ਅੱਜ ਤੱਕ, ਇਹਦਾ ਨਹੀਂ ਯਾਰ ਬਾਪਾ ਚੱਲ ਕੋਈ ਨੀ ਜੇ ਹੋ ਗਈ ਤਾਂ ਕੋਈ ਗੱਲ ਨੀ ਹੋ ਗਈ ਰੱਬ ਨੇ ਕਰਤੀ, ਐ ਲੋਕਾਂ ਦੇ ਘਰ ਹੀ ਖਾਲੀ ਹੋ ਜਾਂਦੇ ਆ, ਚੱਲ ਆਪਾਂ ਇਨਸਾਨ ਤਾਂ ਬਚੇ ਆ ਨਾ ਜਿਹੜਾ ਕੁਛ ਬਣਾਉਣਾ ਚੱਲ ਪਾਇਆ ਦਾ ਸੋਣਾ ਘਰੇ, ਚੱਲ ਕੋਈ ਨੀ ਯਾਰ ਪਾਪਾ ਵੀ ਇੱਕ ਦੂਜੇ ਨਾਲ ਐਂ ਤਰਸ ਤੇ ਦਰਦ ਦੇ ਵਿੱਚ ਹੀ ਬਈ ਆਹ ਟਾਈਮ ਲੰਘ ਗਿਆ ਤੇ ਲੰਘੀ ਜਾਂਦਾ ਕਿ ਇੱਕ ਦੂਜੇ ਨੂੰ ਦੇਖ ਦੇਖ ਕੇ ਕਿ ਨਹੀਂ ਯਾਰ ਆਪਣੇ ਕੀ ਹਾਲਾਤ ਹੋ ਗਏ ਸੀਗੇ, ਆਪਾਂ ਕੌਣ ਸੀਗੇ ਵੀ ਯਾਰ ਬਈ ਸਾਰੇ ਪਿੰਡ ਨੂੰ ਪਤਾ ਯਾਰ ਕਿ ਯਾਰ ਇਹਨਾਂ ਤੇ ਕਿਸੇ ਟਾਈਮ ਬਈ ਆਏ ਨੀ ਵੀ ਜੱਦੀ ਪੋਸਤੀ ਲੰਘ ਆ, ਦਾਦੇ ਪੜਦਾਦੇ ਹੁੰਦੇ ਆ ਸਾਰਾ ਕੁਛ ਪੈਲੀ ਪੱਠਾ ਸੀਗਾ ਬਈ। ਅੱਛਾ, ਹਾਂ ਦਾਦਾ ਜੀ ਦੀ ਮੌਤ ਹੋ ਗਈ ਸੀਗੀ ਤੇ ਉਦੋਂ ਬਾਅਦ ਬਈ ਆਹ ਦਿਨ ਆ ਗਏ ਕਿ ਅੱਜ ਮੈਂ ਆਪਣੀ ਗੇਮ ਲੈਵਲ ਤੇ ਬੋਲਦਾ ਵੀਰੇ, ਮੈਂ ਇਹ ਨਹੀਂ ਕਹਿੰਦਾ ਕਿ ਜਾਂ ਕਰਦੇ ਆ, ਚੱਲ ਉਹਨਾਂ ਦੀ ਆਪਣੀ ਥਿੰਕਿੰਗ ਆ ਯਾਰ ਉਹ ਆਪਦਾ ਕਮਾਉਂਦੇ ਆ ਕਰਦੇ ਆ, ਉਹ ਮੈਥੋਂ ਨਹੀਂ ਮੰਗਦੇ ਮੈਂ ਉਹਨਾਂ ਤੋਂ ਨਹੀਂ ਮੰਗਦਾ ਕਿ ਵੀ ਮੈਂ ਉਹਨਾਂ ਨੂੰ ਕਿਤੇ ਤੰਗ ਕੀਤਾ ਵੀ ਨਹੀਂ, ਤਾਂ ਅੱਜ ਕੱਲ੍ਹ ਜਵਾਕ ਕਹਿੰਦੇ ਸਾਨੂੰ ਤਾਂ ਮੋਟਰਸਾਈਕਲ ਲੈ ਕੇ ਦਿਓ, ਮੈਨੂੰ ਤਾਂ ਕਰਕੇ ਦਿਓ, ਮੈਂ ਬਈ ਬੱਸਾਂ 'ਤੇ ਖੇਡਾਂ ਬੱਸ 'ਤੇ ਹੀ ਜਾਂਦਾ, ਜੇ ਮੈਨੂੰ ਕਹਿ ਦਿੰਦੇ ਕਹਿੰਦਾ ਨਾ ਕਿ ਬਈ ਖੇਡਣ ਆਉਣਾ ਬਈ 10 ਵਜੇ ਨੂੰ ਆ ਜੀ, ਮੈਂ 9 ਵਜੇ ਨੂੰ ਮੋਗੇ ਜਾ ਵੜਦਾ ਬਈ, ਮੈਂ ਤੁਰ ਕੇ ਚੌਂਕ 'ਤੇ ਜਾਂਦਾ, ਜੇ ਨਹੀਂ ਪੈਸੇ ਨਾ ਮੈਂ ਇੱਥੋਂ ਕਿਸੇ ਨੂੰ ਹੱਥ ਕਰਕੇ ਵੀ ਨਹੀਂ ਜਾਂਦਾ ਅਤੇ ਨਾ ਹੀ ਮੈਂ ਇੱਥੇ ਕਿਰਾਏ ਵਾਲੀ ਚੀਜ਼ 'ਤੇ ਚੜ੍ਹ ਕੇ ਜਾਵਾਂ, ਨਹੀਂ ਧਾਰ ਨਹੀਂ ਕਰਨਾ, ਧਾਰ ਨਹੀਂ ਕਰਨਾ ਕਿਸੇ ਨੂੰ, ਬਸ ਐਂ ਜਾਣਾ ਉੱਥੇ ਜਾ ਵੜੂੰਗਾ 10 ਮਿੰਟ ਪਹਿਲਾਂ ਤੁਰ ਪਊਂਗਾ, ਮੈਂ ਕੁਛ ਨਹੀਂ ਕਰਨਾ, ਆਪਦਾ ਕਿੱਟ ਤਿਆਰ ਕਰਨੀ ਆ, ਆਪਦੇ ਪਰੇਡ ਕਰਕੇ ਜਾ ਕੇ ਉੱਥੇ ਚੌਂਕ ਤੋਂ ਉੱਥੋਂ ਮੇਰਾ ਜਿੰਨਾ ਕਿਰਾਇਆ ਮੋਗੇ ਤੱਕ ਦਾ ਉੱਥੇ ਜਾਣਾ, ਜੇ ਕਿਸੇ ਨੇ ਕਿਹਾ ਕਿ ਬਈ ਕਿੰਨੇ ਪੈਸੇ ਲਏਗਾ ਕੁਛ ਵੀ, ਨਹੀਂ ਬਾਈ ਬਸ ਜਦੋਂ ਤੁਹਾਡੇ ਕੋਲੋਂ ਜੋ ਸਾਰਾ ਦੇ ਦਿਓ ਕੋਈ ਦੁੱਖ ਨਹੀਂ ਯਾਰ, ਕੋਈ ਗੱਲ ਨਹੀਂ, ਪੈਸਿਆਂ ਦੇ ਟਾਈਮ 'ਤੇ ਪੈਸੇ ਨਹੀਂ ਮੰਗੇ ਬਾਈ, ਕਿਉਂਕਿ ਬਈ ਤਣਕਾ ਤਣਕਾ ਕਰਕੇ ਇੱਜ਼ਤ ਜੋੜੀ ਆ, ਕਹਿੰਦਾ ਸੱਜਣ ਜੀ ਰਹਿਣ ਦਿਓ, ਮੈਂ ਹਰੇਕ ਦੀ ਇੱਜ਼ਤ ਹੀ ਖੱਟੀ ਆ ਕਿ ਮੈਨੂੰ ਨਿੱਕੇ ਨਿੱਕੇ ਜਵਾਕ ਕਹਿੰਦੇ ਕਿ ਬਾਈ ਤੂੰ ਬਾਈ, ਸਾਨੂੰ ਤਾਂ ਨਾ ਬਾਈ ਕਿਹਾ ਸੀ ਤਾਂ ਤੇਰੇ ਤੋਂ ਬਹੁਤ ਛੋਟੇ ਆ, ਮੈਂ ਬਾਈ ਇਹਦੀ ਰੋਟੀ ਖਾਂਦਾ ਬਾਈ, ਬਾਈ ਦੀ ਕੋਈ ਅਤੇ ਬਾਈ ਮੇਰਾ ਸਾਰਾ ਕੁਛ ਆ, ਅਤੇ ਬਸ ਮੈਂ ਇਹ ਇੱਜ਼ਤ ਕਰਦਾ ਅਤੇ ਮੈਨੂੰ ਸਾਰੇ ਪਿਆਰ ਕਰਦੇ ਕਿ ਯਾਰ ਉਹ ਬੰਦਾ ਵਧੀਆ। ਮੈਂ ਹਰੇਕ ਪਲੇਅਰ ਨੂੰ ਕਹਿੰਦਾ ਹੁੰਦਾ ਕਿ ਵੀਰੇ ਇੱਜ਼ਤ ਕਰਨ ਨਾਲ ਆਪਣਾ ਕੁਛ ਨਹੀਂ ਘੱਟਦਾ ਯਾਰ, ਆਪਣੇ ਰੇਹੜੀਆਂ ਵਾਲੇ ਪਰਦੇਸੀ ਭਰਾ ਨਾ ਪੇਠਾ ਵੇਚਣ ਵਾਲੇ ਤੱਕ ਵੀ ਬਈ ਮੈਨੂੰ ਲੱਖਾਂ ਕਰੋੜ ਜਾਣਦੇ ਆ ਕਿ ਲੱਖਾਂ ਵੀ ਰਹਾ, ਉਹ ਤਾਂ ਮੈਂ ਦੇਖ ਲਿਆ ਹੁਣ ਜਦੋਂ ਮੈਂ ਆਪਣੇ ਟੋਲ ਪਲਾਜ਼ਾ ਕ੍ਰੋਸ ਕਰਨ ਲੱਗਾ ਸੀ ਬਈ, ਕਿਉਂਕਿ ਮੈਂ ਨਾਮ ਲਿਆ ਤੁਹਾਡਾ, ਉਹ ਕਹਿੰਦੇ ਬਈ ਲੰਘ ਜਾ, ਹਾਂ ਕਿਉਂਕਿ ਬਈ ਕਿਉਂਕਿ ਬਈ ਬਹੁਤ ਪਲੇਅਰ ਭਰਾ ਲੰਘਦੇ ਆ, ਮੈਂ ਕਹਿੰਦਾ ਨਾ ਕੋਈ ਨਹੀਂ ਉੱਥੇ ਵੀਰਾਂ ਨੇ ਮੇਰੀ ਗੱਲ ਕਰਾ ਦਿਓ ਯਾਰ, ਕੋਈ ਗੱਲ ਨਹੀਂ ਆਪਣੇ ਭਰਾ ਆ ਉਹ ਵੀ ਐਵੇਂ ਦੀ ਨਹੀਂ ਉਹ ਕਰਦੇ ਕਿ ਉਹ ਸਪੋਰਟਸ ਨੂੰ ਰਹਿਤ ਆਪਣੇ, ਫਿਰ ਵੀ ਪਹਿਲੀ ਗੱਲ ਤਾਂ ਮੇਰੇ ਤੋਂ ਪਹਿਲਾਂ ਹੀ ਤੁਹਾਨੂੰ ਉਹ ਪਿਆਰ ਕਰਦੇ ਆ ਵੀ ਕੋਈ ਮੇਰੀ ਏਡੀ ਲੋੜ ਨਹੀਂ ਪੈਂਦੀ ਗੀ, ਪਰ ਫਿਰ ਵੀ ਉਹਨਾਂ ਨੂੰ ਪਤਾ ਹੁੰਦਾ ਕਿ ਨਹੀਂ ਉਹ ਆਪਣਾ ਬਾਈ ਆ ਕਿ ਬਾਈ ਮੈਂ ਕਦੇ ਕਿਸੇ ਪਲੇਅਰ ਨਾਲ ਗਰਾਊਂਡ 'ਚ ਸਾਰੇ ਵੀਰੇ ਆਉਂਦੇ ਆ, ਮਤਲਬ ਨਹੀਂ ਕਿਸੇ ਨਾਲ ਵੀ 19 ਐਂ ਆ ਬਈ। ਲੱਖੇ ਵੀਰੇ ਇਹ ਗੱਲ ਸੱਚੀ ਆ ਵੀ ਕਹਿੰਦੇ ਵੀ ਪਲੇਅਰ ਇਮੋਸ਼ਨਲ ਵੀ ਕਾਫੀ ਹੁੰਦਾ? ਇਮੋਸ਼ਨਲ ਦੀ ਤਾਂ ਬਾਈ ਕੋਈ ਹੱਦ ਨਹੀਂ ਹੁੰਦੀ ਪਲੇਅਰ ਦੀ, ਕਿਉਂਕਿ ਪਲੇਅਰ ਹੋਣਾ ਨਹੀਂ ਚਾਹੁੰਦਾ ਹੁੰਦਾ ਬਈ, ਅਗਲਾ ਕਹਿੰਦਾ ਨਾ ਕਿ ਪਤਾ ਨਹੀਂ ਜਾਂ ਤਾਂ ਇਹਨੂੰ ਇਹਦੇ ਵਿੱਚ ਸ਼ਰਮ ਆਉਂਦੀ ਸਮਝ ਲਓ, ਜਾਂ ਇਹ ਆਪਣੇ ਦੁੱਖ ਨੂੰ ਲਕੋ ਲੈਂਦਾ ਬਈ, ਇਹਨੂੰ ਇਹ ਚੀਜ਼ ਸਹਿਣ ਕਰਨੀ ਬਹੁਤ ਚੰਗੀ ਤਰ੍ਹਾਂ ਆਉਂਦੀ ਹੁੰਦੀ ਪਲੇਅਰ ਨੂੰ ਕਿ ਦੁੱਖ ਨੂੰ ਸਹਿਣ ਕਿਵੇਂ ਕਰਨਾ, ਕਿਉਂਕਿ ਸਪੋਰਟਸ ਇੱਕ ਸਹਿਣਸ਼ੀਲਤਾ ਬਈ, ਇਹਦੇ ਵਿੱਚ ਬਹੁਤ ਵੱਡੇ ਵੱਡੇ ਹਾਦਸੇ ਸਹਿਣ ਕਰਨੇ ਪੈਂਦੇ ਆ, ਪਲੇਅਰਾਂ ਦੀਆਂ ਡਿੱਥਾਂ ਤੱਕ ਹੋ ਜਾਂਦੀਆਂ ਇਹਦੇ ਵਿੱਚ ਗਰਾਊਂਡ ਦੇ ਵਿੱਚ, ਤੇ ਪਰ ਇਹਦਾ ਕੋਈ ਕੇਸ ਨਹੀਂ ਹੁੰਦਾ ਬਾਈ, ਕਿਉਂਕਿ ਲੱਤਾਂ ਬਾਹਾਂ ਤੱਕ ਟੁੱਟ ਜਾਂਦੀਆਂ, ਜੇ ਉਹੀ ਸੱਟ ਬਾਹਰ ਕਿਤੇ ਵੱਜ ਜੇ ਜਾਂ ਮਾਰ ਦਈਏ ਨਾ ਤੇ ਉਹ ਬਾਈ ਉਹਦਾ ਕੇਸ ਆ, ਤੇ ਉਹ ਬੰਦੇ ਨੂੰ
ਭੁਗਤਣਾ ਪੈਂਦਾ। ਸਪੋਰਟਸ ਦੇ ਵਿੱਚ ਇੱਕ ਏਡੀ ਵੱਡੀ ਰਹਿਤ ਆ ਬਈ ਇਹ ਕਿ ਨਹੀਂ ਉਹ ਪਲੇਅਰ ਸਦਮੇ ਆ, ਪਲੇਅਰ ਦੇ ਜੇ ਮੇਰੇ ਤੋਂ ਕਿਸੇ ਦੇ ਸੱਟ ਵੱਜ ਗਈ ਨਾ ਉਦੋਂ ਬਾਅਦ ਉਹ ਪਲੇਅਰ ਆਪਣੀ ਗੇਮ ਛੱਡਣ ਤੱਕ ਤਿਆਰ ਹੋ ਜਾਂਦਾ ਕਿ ਬਸ ਯਾਰ ਮੇਰੇ ਤੋਂ ਸੱਟ ਵੱਜ ਗਈ ਹੁਣ ਮੈਂ ਇਦੋਂ ਬਾਅਦ ਉਹ ਖੇਡਣਾ ਨਹੀਂ, ਪਛਤਾਵਾ ਹੁੰਦਾ ਪੂਰਾ, ਉਹਨੂੰ ਪਛਤਾਵਾ ਹੁੰਦਾ। ਗਿਆਨੀ ਬਾਈ ਨੇ ਸ਼ੂਸ਼ਕ ਵਾਲੇ ਨੇ ਨਾ ਕਬੱਡੀ ਛੱਡਤੀ ਸੀਗੀ ਜਦੋਂ ਦਾਨੇਵਾਲ ਟੂਰਨਾਮੈਂਟ ਸੀ ਇੱਥੇ ਪਰਜੀਆਂ ਕੋਲੇ ਸ਼ਾਹਕੋਟ ਕੋਲੇ, ਉਹਦੇ ਤੋਂ ਮੁੰਡੇ ਦੀ ਡੈਥ ਹੋ ਗਈ ਸੀ ਬਈ ਰੇਡਰ ਦੀ, ਦਾਨੇਵਾਲ ਦਾ ਹੀ ਸ਼ਾਇਦ ਰੇਡਰ, ਮੈਨੂੰ ਐਂ ਨਹੀਂ ਪਤਾ, ਉਹ ਮੁੰਡਾ ਬਹੁਤ ਸੋਹਣਾ ਰੇਡਰ ਸੀ, ਉਹ ਕਾਫੀ ਸੰਘਰਸ਼ ਪਿੱਛੋਂ ਤਕੜਾ ਹੋਇਆ ਸੀ ਬਾਈ। ਜਦੋਂ ਉਹ ਤਗੜਾ ਹੋਇਆ ਤੇ ਬਾਈ ਗਿਆਨੀ ਨੇ ਆਉਂਦੇ ਨੇ ਨਾ ਉਹਦੇ ਥੱਲੇ ਵੜ ਗਿਆ, ਉਹਨੇ ਪ੍ਰੈਸ ਮਾਰਤੀ, ਬਾਈ ਉੱਤੇ ਵੜ ਗਿਆ, ਉਹਦੇ ਚੜ ਗਿਆ, ਉਹਦੀ ਇੱਥੇ ਧੌਣ ਦੇ ਵਿੱਚ ਬਾਈ ਦੇ ਨਾ ਕੱਚ ਦੇ ਵਿੱਚ ਧੌਣ ਆ ਗਈ। ਜਦੋਂ ਬਾਈ ਨੇ ਉਹਨੇ ਇੱਥੋਂ ਛਡਾਉਣੀ ਚਾਹੀ ਨਾ ਤੇ ਬਾਈ ਨੇ ਇਹਠਾ ਕੈਂਚੀ ਲਾਤੀ, ਉਹਨੇ ਕੈਂਚੀ ਜੀ ਪ੍ਰੈਸ ਮਾਰਤੀ ਬਾਈ, ਉਹਦਾ ਪਟਾਕਾ ਪੈ ਗਿਆ ਬਾਈ ਇੱਥੋਂ ਧੌਣ ਦਾ। ਉਹਨੇ ਕੋਲੇ ਖੜੇ ਸੀਗੇ ਸਾਡੇ ਸੱਟ ਕੋਲੇ ਡਾਇ ਪਿਆ, ਬਾਈ ਨੇ ਇੱਕ ਘਰੇ ਕਿਹਾ ਕਿ ਮੇਰੀ ਢੂਈ ਟੁੱਟ ਗਈ ਕਿ ਢੂਈ ਦੇ ਵਿੱਚੋਂ ਕੰਮ ਨਹੀਂ ਕਰਦੀ, ਉਦੋਂ ਬਾਅਦ ਉਹ ਬਾਈ ਬੋਲਿਆ ਨੀ। ਸ਼ਾਇਦ ਉਹਦੀ ਤੀਜੇ ਚੌਥੇ ਦਿਨ ਪਿੱਛੋਂ ਡੈਥ ਹੋ ਗਈ ਸੀ ਬਾਈ, ਤੇ ਬਾਈ ਨੂੰ ਫੋਨ ਆ ਗਿਆ ਗਿਆਨੀ ਦਾ, ਸਾਨੂੰ ਦੱਸਤਾ ਹੈ ਕਹਿੰਦੇ ਗਿਆਨੀ ਨੂੰ ਫੋਨ ਆ ਗਿਆ, ਉਦੋਂ ਬਾਅਦ ਬਾਈ ਖੇਡਿਆ ਨੀ ਬਾਈ। ਔਖਾ ਲੱਗਦਾ ਯਾਰ ਬਾਈ ਕਿ ਪਲੇਅਰ ਦੀ ਜ਼ਿੰਦਗੀ ਦਾ ਤੇ ਆ ਯਾਰ, ਪਤਾ ਨੀ ਉਹਨੇ ਘਰੇ ਮੁੜਨਾ ਕਿ ਨਹੀਂ ਮੁੜਨਾ ਯਾਰ ਬਾਈ। ਤੂੰ ਕੋਸ਼ਿਸ਼ ਕਰਦਾ, ਉਹ ਬਹੁਤ ਚਾਅ ਨਾਲ ਜਾਂਦਾ, ਮਾਂ ਦਾ ਆਸ਼ੀਰਵਾਦ ਲੈ ਕੇ ਜਾਂਦਾ, ਉਹ ਮਾਂ ਦੇ ਪੈਰੀ ਹੱਥ ਲਾ ਕੇ ਜਾਂਦਾ, ਉਹ ਬਹੁਤ ਸੁੱਖ ਨਾਲ ਸੌਖ ਕੇ ਗੁਰਦੁਆਰਾ ਮੰਦਰ ਮਹਾਜਰ ਡੇਰੇ ਵਿੱਚ ਪਿੰਡੋ ਨਗਰ ਚੋਂ ਮੱਥਾ ਟੇਕ ਕੇ ਤੁਰਦਾ, ਜਿੱਥੇ ਪਹੁੰਚਦਾ ਉੱਥੇ ਵੀ ਜਾ ਕੇ ਉਸ ਅਸਥਾਨ ਤੇ ਵੀ ਮੱਥਾ ਟੇਕਦਾ, ਉਹ ਉਹਦੀਆਂ ਨੀਕਰਾਂ ਨੂੰ ਵੀ ਵਾਰ ਵਾਰ ਮੱਥਾ ਟੇਕਦਾ, ਉਹਦੀ ਗੱਡੀ ਦੇ ਵੀ ਵਾਰ ਵਾਰ ਪੈਰੀ ਹੱਥ ਲਾ ਕੇ ਤੁਰਦਾ, ਉਹ ਉੱਥੋਂ ਗਰਾਊਂਡ 'ਚ ਜਾਣ ਤੱਕ ਉਹਦੀਆਂ ਅਰਦਾਸਾਂ ਹੀ ਸਭ ਕੁਛ ਹੁੰਦੀਆਂ ਯਾਰ ਬਾਈ, ਕਿ ਬਸ ਉਹ ਪਤਾ ਨਹੀਂ ਉਹਦੇ ਮਨ 'ਚ ਹਰੇਕ ਦੀ ਆਪਦੀ ਆਪਦੀ ਫੀਲਿੰਗ ਹੁੰਦੀ, ਉਹ ਕੀ ਸੋਚੀ ਜਾਂਦਾ, ਕਿਉਂਕਿ ਕਿਸੇ ਦੀ ਨੇਚਾ ਨਹੀਂ ਮਿਣੀ ਜਾਂਦੀ ਬਾਈ, ਕਿਸੇ ਦੀ ਸ਼ਰਧਾ ਨਹੀਂ ਮਿਣੀ ਜਾਂਦੀ, ਉਹ ਕਿੰਨੀ ਸ਼ਰਧਾ ਤੇ ਕਿੰਨਾ ਡੂੰਘਾ ਇਹ ਕਿਸੇ ਨੇ ਨਹੀਂ ਅੰਦਾਜ਼ਾ ਲਾਇਆ ਹਜੇ ਤੱਕ ਕਿ ਕਿਹਦੇ ਮਨ 'ਚ ਕੀ ਫੀਲਿੰਗ ਆ। ਅੱਜ ਚੰਗੇ ਪਲੇਅਰ ਨੂੰ ਵੇਖਦੇ ਆ ਕਹੀਦਾ ਯਾਰ ਉਹ ਕੀ ਅਰਦਾਸ ਕਰਕੇ ਤੁਰਦਾ ਹੋਊਗਾ ਯਾਰ, ਉਹ ਨੈਤ ਤਕੜਾ ਯਾਰ, ਉਹ ਨੈਤ ਟਿੱਟਰ ਜਿੱਤ ਲੈਂਦਾ ਯਾਰ, ਉਹ ਅੱਜ ਐਂ ਕਰ ਲੈਂਦਾ, ਐਂ ਕਰ ਲੈਂਦਾ ਯਾਰ, ਮੈਂ ਇਹ ਇੱਕ ਅੰਦਾਜ਼ੇ ਲਾ ਸਕਦੇ ਹਾਂ, ਕਰ ਸੋਚ ਸਕਦੇ ਹਾਂ, ਪਰ ਇਹ ਉਹਦੇ ਬਾਰੇ ਇਹ ਪਤਾ ਨਹੀਂ ਕਰ ਸਕਦੇ ਕਿ ਉਹ ਕੀ ਗੱਲ ਆ ਉਹਦੇ 'ਚ, ਕੌਣ ਉਹਦੇ 'ਤੇ ਕੰਮ ਕਰਦਾ, ਕਿਹਦੀ ਉਹਦੇ ਨਾਲ ਕਿੰਨੀ ਗੱਲ ਆ, ਕਿਉਂ ਉਹ ਬੰਦਾ ਇਹ ਤਕੜਾ ਹੈ ਅਤੇ ਉਹ ਅੱਜ ਜਿੱਤੀ ਜਾਂਦਾ, ਜੇ ਅੱਜ ਸੋਚਦੇ ਹਾਂ ਗੱਲਾਂ ਕਰਦੇ ਹਾਂ ਉਹ ਬਾਈ ਜੀ ਬਾਈ ਪਾਲਾ ਕਿਉਂ ਤਕੜਾ, ਉਹਦੀ ਬੈਕ ਬਾਰੇ ਦੇਖੋ ਯਾਰ ਉਹ ਕਿਉਂ ਤਕੜਾ, ਉਹਦੇ ਟੋਏ ਹੋਏ ਹਨੇਰੇ ਦੇਖੋ, ਪਿੱਛੇ ਦੀ ਮਿਹਨਤ ਦੇਖੋ, ਉਹਦੇ ਉਹਦੇ ਹਨੇਰੇ ਦੇਖੋ ਟੋਏ ਹੋਏ, ਉਹਦੀ ਕਲਪਨਾ ਦੇਖੋ ਯਾਰ, ਉਹਦੀ ਮਾਂ ਦੀਆਂ ਅਰਦਾਸਾਂ ਦੇਖੋ ਕੀ ਆ ਉਹਦੇ ਪ੍ਰਤੀ, ਉਹਦੇ ਪਿਓ ਦਾ ਸੰਘਰਸ਼ ਕੀ ਆ ਉਹਦੇ ਪ੍ਰਤੀ, ਹੈ ਉਹਦੀ ਕੀ ਕਲਪਨਾ ਹੈ ਯਾਰ, ਉਹ ਉਹਨੇ ਉਹਨੇ ਜ਼ਿੰਦਗੀ ਐਂ ਐਂ ਲਾਤੀ, ਐਂ ਲੈ ਕੇ ਦਿੱਤੀ ਕਿ ਮਾਂ ਖੇਡ ਕਬੱਡੀ ਬਸ, ਇਦੂ ਗਾਂ ਹੈ ਹੀ ਕੁਛ ਨਹੀਂ, ਉਹਨੇ ਲੈ ਤਾਂ ਅੰਗੂਠਾ ਹੀ ਲਾਤਾ ਯਾਰ ਬਸ, ਰਜਿਸਟਰੀ ਹੋ ਗਈ ਕੱਲ ਦੀ ਮੁੱਕ ਗਈ, ਹੈ ਉਹਨੇ ਜੇ ਹੁਣ ਪਿੱਛੋਂ ਦੇਖੋ ਯਾਰ ਸਾਲ ਕੁ ਖੇਡਣੀ ਆ, ਦੇਖ ਲਾਂਗੇ ਜਿੱਦਾਂ ਬਣ ਗਿਆ ਕੋਈ ਠੀਕ ਆ, ਨਹੀਂ ਤਾਂ ਫਿਰ ਕੰਮ ਤੇ ਲੱਗਾਂਗੇ, ਫਿਰ ਬਾਈ ਯਾਰ ਉਹੋ ਜਿਹਾ ਇੱਕ ਰਿਜ਼ਲਟ ਆਉਣਾ, ਜਿਹੜਾ ਖੁਦ ਪੀਕ ਤੇ ਹੁੰਦਾ ਨਾ ਉਹਨੂੰ ਉਹਨੂੰ ਪੀਕ ਬਾਰੇ ਨਹੀਂ ਪਤਾ ਹੁੰਦਾ। ਅੱਛਾ, ਇਹ ਸਾਨੂੰ ਅੰਦਾਜ਼ਾ ਬਾਹਰਲੇ ਬੰਦੇ ਨੂੰ ਤੈ ਮੈਨੂੰ ਹੁੰਦਾ ਵੀ ਯਾਰ ਇਹ ਬੰਦਾ ਟੌਪ ਤੇ ਆ, ਉਹ ਬੰਦਾ ਇਸ ਚੀਜ਼ ਨੂੰ ਭੁੱਲਿਆ, ਆਪਣੇ ਆਪ ਨੂੰ ਨਹੀਂ ਮੰਨਦਾ, ਜਦੋਂ ਸਮਝਣ ਲੱਗ ਗਿਆ ਨਾ ਮੈਂ ਪੀਕ ਤੇ ਆ ਉਦੋਂ ਡਾਊਨ ਹੋਣਾ ਸ਼ੁਰੂ ਹੋ ਜਾਊ, ਉਦੋਂ ਦੇ ਦਿਮਾਗ 'ਚ ਸੋਚ ਵੜ ਜੂ ਕਿ ਹੁਣ ਮੈਂ ਟੌਪ ਤੇ ਆ, ਹੁਣ ਮੇਰੀ ਕੋਈ ਰੀਸ ਨਹੀਂ ਕਰਦਾ, ਉਦੋਂ ਡਿੱਗਦਾ ਜਦੋਂ ਮੰਨ ਲਓ ਪੈਰ ਚੱਕੇ ਵੀ ਉਹਦੇ ਕੰਮ, ਜਦੋਂ ਉਹਦਾ ਇਹ ਕੰਮ ਹੋ ਗਿਆ, ਜਿੰਨਾ ਟਾਈਮ ਉਹਨੂੰ ਪਤਾ ਹੈ ਨਾ ਕਿ ਮੈਂ ਕੌਸਮ ਨਹੀਂ, ਮੈਂ ਤਾਂ ਆਟੇ 'ਚ ਨੂਣ ਵੀ ਨਹੀਂ ਹਜੇ, ਹਜੇ ਤਾਂ ਮੈਂ ਮੇਰੇ ਤੋਂ ਤਾਂ ਬਹੁਤ ਗਾਂਹ ਪਏ ਆ, ਮੈਂ ਤਾਂ ਸੁਲਤਾਨ ਭਾਜੀ ਹੋਰਾਂ ਦੇ ਤਾਂ ਮੈਂ ਪੈਰ ਦੀ ਰੀਸ ਵੀ ਨਹੀਂ ਕਰ ਸਕਦਾ ਹਜੇ, ਹਜੇ ਮੈਂ ਪਾਲੇ ਭਾਜੀ ਹੋਣਾ ਤਾਂ ਅੱਧ 'ਚ ਵੀ ਨਹੀਂ, ਫੇਰ ਜਾ ਕੇ ਉਹ ਹਜੇ ਹੋਰ ਤਕੜਾ ਹੋਈ ਜਾਊਗਾ, ਮਾੜਾ ਨਹੀਂ ਹੁੰਦਾ, ਜੋ ਆਪਦੇ ਆਪ ਨੂੰ ਪਾਲਾ ਭਾਜੀ ਜਾਂ ਸੁਲਤਾਨ ਭਾਜੀ ਜਾਂ ਦੁੱਲਾ ਭਾਜੀ ਸਮਝਣ ਲੱਗ ਪੈਣਾ ਜਿੱਦਾਂ ਹੀ, ਫਿਰ ਸਮਝ ਲਵੇ ਉਹਦੇ ਦਿਨ ਥੋੜੀ ਆ, ਉਦੋਂ ਬਾਅਦ ਕਿਉਂਕਿ ਪਲੇਅਰ ਨੂੰ ਜਦੋਂ ਪਤਾ ਲੱਗ ਜਾਂਦਾ ਨਾ ਕਿ ਮੈਂ ਬਸ ਹੁਣ ਮੈਂ ਹੀ, ਫਿਰ ਕੰਮ ਗਿਆ, ਜਦੋਂ ਉਹਨੂੰ ਪਤਾ ਲੱਗਦਾ ਨਾ ਕਿ ਮੈਂ ਕੁਛ ਵੀ ਨਹੀਂ, ਕਿ ਹਜੇ ਜਿੰਨਾ ਟਾਈਮ ਪਲੇਅਰ ਤਕੜਾ ਹੁੰਦਾ ਯਾਰ ਭਾਜੀ ਬਸ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਤਕੜਾ, ਉਨਾ ਟਾਈਮ ਹੀ ਤਕੜਾ ਹੁੰਦਾ, ਜਿਹਨੇ ਚੀਜ਼ ਨੂੰ ਭੁਲਾਇਆ ਹੁੰਦਾ ਦਿਲ ਦਿਮਾਗ 'ਚੋਂ ਕਿ ਛੱਡ ਆਪਾਂ ਤਾਂ ਕੀ ਆ, ਕੁਛ ਵੀ ਨਹੀਂ, ਇਹ ਤਾਂ ਰੱਬ ਦਾ ਨਾਂ, ਇਹ ਤਾਂ ਦੁਨੀਆਂ ਦਾ ਨਾਂ ਦਿੱਤਾ, ਇਹ ਨਹੀਂ ਪਤਾ ਇਹਨਾਂ ਨੇ ਕਿੱਦੇ ਲੈਣੋਂ ਹਟ ਜਾਣਾ ਤੇ ਕਿੱਦੇ 'ਚ ਥੱਲੇ ਵੱਜਣਾ, ਵੀ ਗੱਲ ਇੰਨੀ ਇੱਥੇ ਹੀ ਖੜੀ ਹੈ ਕਬੱਡੀ ਦੀ, ਬਸ ਜਿੰਨਾ ਟਾਈਮ ਉਹਦੇ ਦਿਮਾਗ 'ਚ ਇਹ ਕੀੜਾ ਹੈ ਨੀ, ਜਿੱਦੇ ਉਹਦੇ ਆ ਗਿਆ ਕਿ ਬਸ ਆਪਣੇ ਤੋਂ ਪਰੇ ਕੋਈ ਨੀ, ਫਿਰ ਉਹ ਸਮਝ ਲੈ ਕੇ ਤੇਰੇ ਤੋਂ ਪਰੇ ਬਹੁਤ ਪਏ ਆ, ਤੂੰ ਹੀ ਹੈ ਨੀ, ਫਿਰ ਉਹ ਖਤਮ ਹੀ ਆ ਕੰਮ, ਕਿਉਂਕਿ ਗੱਲਾਂ ਇਹ ਇੱਕ ਨਜ਼ਰ ਤੇ ਹੀ ਖੜੀ ਆ ਖੇਡ ਯਾਰ ਬਾਈ, ਸਹੀ ਗੱਲ ਆ, ਪਲੇਅਰ ਨੂੰ ਅਲੱਗ ਨਜ਼ਰਾਂ ਖਾ ਗਈਆਂ ਬਾਈ, ਉੱਥੇ ਅਨੇਕਾਂ ਹਾਵਾਂ ਲੱਗਦੀਆਂ, ਹਾਏ ਉਹ ਮੇਰਾ ਪੁੱਤ ਹੋਵੇ ਐਵ ਜਾਏ, ਉਹ ਮੇਰਾ ਪੋਤਾ ਬਣ ਜਾਏ ਐਵ ਜਾਏ, ਲੋਕੀ ਆਪਦੇ ਪੁੱਤਾਂ ਦੇ ਨਾਂ ਰੱਖਦੇ ਆ ਉਸ ਨਾਵਾਂ ਤੇ,
ਕਿ ਮੈਂ ਫਲਾਣਾ ਹੈ ਮੇਰਾ ਇਹ ਉਸ ਪਲੇਅਰ ਦਾ ਮੈਂ ਛੇਤਾ ਹੈ ਬਹੁਤ ਗੱਲਾਂ ਪਲੇਅਰ ਨਾਲ ਹੁੰਦੀਆਂ ਇੱਕ ਆਪਣੇ ਵੀਰੇ ਮੇਰੇ ਮਨ ਚ ਗੱਲ ਸੀ ਵੀ ਜਿੱਦਾਂ ਹੁਣ ਕਈ ਪਲੇਅਰ ਬੱਚਿਆਂ ਨੂੰ ਨਾ ਗੁੜਤੀ ਵੀ ਦਿੰਦੇ ਆ ਹਾਂਜੀ ਬਾਈ ਤੁਸੀਂ ਆਪਣੇ ਅੱਜ ਤੱਕ ਦਿੱਤੀ ਕਿਸੇ ਨੂੰ ਨਹੀਂ ਬਾਈ ਆਪਾਂ ਨਹੀਂ ਅੱਛਾ ਨਹੀਂ ਕਿਉਂਕਿ ਬਾਈ ਆਪਾਂ ਪਹਿਲੀ ਗੱਲ ਤਾਂ ਇਹੋ ਜਿਹਾ ਕੋਈ ਆਪਣੇ ਨੇੜੇ ਤੇੜੇ ਕੋਈ ਇਹੋ ਜਿਹਾ ਰਿਸ਼ਤਾ ਹੈ ਨਹੀਂ ਸੀਗਾ ਜਾਂ ਜਿੱਦਾਂ ਕੋਈ ਤੇ ਵੀ ਦੂਜੀ ਗੱਲ ਬਾਈ ਕੋਈ ਆਪਣਾ ਏਡਾ ਵੱਡਾ ਪੈਣ ਹੀ ਹੈ ਨਹੀਂ ਸੀਗਾ ਕਿ ਯਾਰ ਵੀ ਜਿਹੜਾ ਕਹੇ ਕਿ ਲੱਖੇ ਆ ਜਾ ਯਾਰ ਆਹ ਕੰਮ ਕਰਨਾ ਚਾਹੀਦਾ ਹਾਂ ਕੋਈ ਗੱਲ ਨਹੀਂ ਕਹੀਦਾ ਯਾਰ ਕਿਉਂਕਿ ਬਾਈ ਯਾਰ ਇਹਨਾਂ ਚੀਜ਼ਾਂ ਦਾ ਹਾਂ ਅੱਜ ਕੱਲ੍ਹ ਇਹ ਚੀਜ਼ਾਂ ਚੱਲਦੀਆਂ ਟ੍ਰੈਂਡਿੰਗ 'ਚ ਚੱਲਦੀਆਂ ਕਿਉਂਕਿ ਇਹ ਸੋਸ਼ਲ ਕਰਕੇ ਚੱਲਦੀਆਂ ਇੱਥੋਂ ਪਤਾ ਲੱਗਦਾ ਵੀਰੇ ਵੀ ਕਬੱਡੀ ਦੀ ਕਿੰਨੀ ਰਿਸਪੈਕਟ ਆ ਹਾਂ ਇਹ ਇੱਕ ਮਾਂ ਖੇਡ ਕਬੱਡੀ ਦੀ ਰਿਸਪੈਕਟ ਆ ਹਨਾ ਇਹ ਇੱਕ ਮਾਂ ਖੇਡ ਕਰਕੇ ਹੀ ਆ ਪਲੇਅਰ ਪਲੇਅਰ ਦੀ ਕੋਈ ਪਲੇਅਰ ਸ਼ਕਲ ਦਾ ਸੋਹਣਾ ਨਹੀਂ ਜਾਂ ਕੋਈ ਪਲੇਅਰ ਦੇ ਵਿੱਚ ਬਹੁਤ ਵੱਡੀ ਆ ਗੱਲ ਨਹੀਂ ਹੁੰਦੀ ਜੀ ਇੱਕ ਮਾਂ ਖੇਡ ਕਬੱਡੀ ਕਰਕੇ ਮਾਂ ਖੇਡ ਕਬੱਡੀ ਦਾ ਨਾਂ ਦਿੱਤਾ ਕਰਕੇ ਇਨਸਾਨ ਹੀ ਆ ਸਾਰੇ ਤੂੰ ਵੀ ਮੈਂ ਵੀ ਆ ਤੂੰ ਤੇਰਾ ਨਾਂ ਅੱਜ ਤੂੰ ਵੀ ਟੌਪ ਤੇ ਆ ਬਾਈ ਤੂੰ ਵੀ ਉਹਨਾਂ ਪਲੇਅਰਾਂ 'ਚ ਵੇਖਦਾ ਤੇਰੀ ਵੀ ਉਹਨਾਂ ਪਲੇਅਰਾਂ ਨਾਲ ਗੱਲ ਆ ਜੇ ਅੱਜ ਖੇਡਣ ਵਾਲਾ ਨਾ ਉਹ ਵੀ ਉੱਥੇ ਹੀ ਆ ਤੇ ਦੇਖਣ ਵਾਲਾ ਵੀ ਉੱਥੇ ਹੀ ਆ ਤੇ ਦਿਖਾਉਣ ਵਾਲਾ ਵੀ ਸਾਨੂੰ ਉੱਥੇ ਹੀ ਆ ਹੈ ਵੀ ਜਿਹੜਾ ਮਾਂ ਖੇਡ ਕਬੱਡੀ ਲਈ ਕੰਮ ਕਰਦਾ ਨਾ ਬਾਈ ਮਾਂ ਖੇਡ ਕਬੱਡੀ ਨੇ ਸਾਰਿਆਂ ਨੂੰ ਸਭ ਕੁਛ ਦਿੱਤਾ ਮਾਂ ਖੇਡ ਕਬੱਡੀ ਨੇ ਕਦੇ ਕਿਸੇ ਤੋਂ ਕੁਛ ਨਹੀਂ ਲੁਕੋਇਆ ਉਹਨੂੰ ਮਾਂ ਐਵੇਂ ਨਹੀਂ ਕਹਿੰਦੇ ਮਾਂ ਖੇਡ ਕਬੱਡੀ ਮਾਂ ਪਲੇਅਰ ਦੀ ਧਰਤੀ ਮਾਂ ਦੀ ਬੁੱਕਲ 'ਚ ਖੇਡਦਾ ਮਾਂ ਪਲੇਅਰ ਦੀ ਜਨਮ ਦਿੱਤਾ ਮਾਂ ਪਲੇਅਰ ਦੀ ਤਿੰਨ ਮਾਵਾਂ ਪਲੇਅਰ ਪਿੱਛੇ ਹੀ ਕੰਮ ਕਰਦੀਆਂ ਕਰੋ ਤੇ ਉਹ ਆਪਣੇ ਹਨਾ ਕਿੰਨੀ ਤਾਕਤ ਹੋਊਗੀ ਫਿਰ ਹੈ ਉਸ ਚੀਜ਼ 'ਚ ਕਿੰਨੀ ਪਾਵਰ ਹੋਊਗੀ ਉਹ ਪਲੇਅਰ 'ਚ ਹੈ ਉਹ ਕਿਉਂ ਨਾ ਦੇਵਤਾ ਹੋਊਗਾ ਸਹੀ ਗੱਲ ਹੈ ਉਹਨੂੰ ਕਿਉਂ ਨਾ ਸਾਧੂ ਸੰਤ ਕਹਿਣਗੇ ਕਿਉਂਕਿ ਪਲੇਅਰ ਸਾਧੂ ਸੰਤ ਤੋਂ ਘੱਟ ਨਹੀਂ ਮੰਨਿਆ ਗਿਆ ਬਾਈ ਕਿਉਂਕਿ ਪਲੇਅਰ ਦੀ ਤਪੱਸਿਆ ਹੈ ਪਲੇਅਰ ਨੂੰ ਇੱਕ ਆਕਾ ਭੱਜਣਾ ਡੰਡ ਮਾਰਨੇ ਬੈੜਕਾਂ ਮਾਰਨੀਆਂ ਆਹ ਕਲਪਨਾ ਕਰਨੀ ਇਹਦੀ ਤਪੱਸਿਆ ਲਿਖੀ ਗਈ ਹੈ ਬਾਈ ਤੇਰੀ ਇਹ ਤਪੱਸਿਆ ਹੈ ਸੋਹਣੇ ਮੈਂ ਸਿੱਧੀ ਦਰਗਾਹ ਜਾਂਦੀ ਹੈ ਜਦੋਂ ਭੱਜਦੇ ਹਾਂ ਨਾ ਜਦੋਂ ਦਿਮਾਗ ਦੇ ਵਿੱਚ ਆਹ ਮੁੜਕਾ ਤੇ ਸਾਰੇ ਚੌਂਕੇ ਤੇ ਦਿਮਾਗ ਉੱਟੀ ਖੋਲਦੀ ਨਾ ਬੰਦੇ ਦੀ ਜਾ ਕੇ ਉਦੋਂ ਵਾਲਾ ਕਹਿੰਦਾ ਕਿ ਯਾਰ ਠੀਕ ਆ ਵੀ ਰੱਬ ਆ ਮਿਹਨਤ ਦੇ ਵਿੱਚ ਐਵੇਂ ਨਹੀਂ ਅਗਲੇ ਨੇ ਕਿਹਾ ਮਿਹਨਤ 'ਚ ਪਰਮਾਤਮਾ ਵੱਸਦਾ ਮਿਹਨਤ ਕਰਨੀ ਬੜੀ ਔਖੀ ਆ ਜਦੋਂ ਬੰਦਾ ਭੱਜ ਕੇ ਉਦੋਂ ਤੱਕ ਹੌਂਕਦਾ ਜਾਂ ਉਦੋਂ ਮਿਹਨਤ ਕਰਦਾ ਨਾ ਉਦੋਂ ਪਲੇਅਰ ਨੂੰ ਤੇ ਪਰਮਾਤਮਾ ਨੂੰ ਵੀ ਪਤਾ ਹੁੰਦਾ ਪਾਸੇ ਵਾਲੇ ਨੂੰ ਤਾਂ ਉਹੀ ਲੱਗਦਾ ਹੁੰਦਾ ਵੀ ਹੁਣ ਐਵੇਂ ਦੋ ਗੇੜੇ ਜੇ ਦੇ ਲਏ ਜਾਂ ਕਰ ਲਿਆ ਗੇੜੇ ਭਲਾ ਉਹਨੂੰ ਇੱਕ ਲੱਗਣ ਜਾਂ ਦੋ ਲੱਗਣ ਪਰ ਜਦੋਂ ਉਹ ਖਪਦਾ ਤੇ ਕਲਪਦਾ ਤੇ ਉਹਦਾ ਪਸੀਨਾ ਜਾਂ ਉਹ ਚੀਜ਼ ਦਾ ਉਹ ਆਪ ਹੀ ਅੰਦਾਜ਼ਾ ਕਰ ਸਕਦਾ ਕਿ ਮੇਰਾ ਤੇ ਰੱਬ ਦਾ ਹੁਣ ਕਿੰਨਾ ਕੁ ਫਰਕ ਰਹਿ ਗਿਆ ਕਿਉਂਕਿ ਮਿਹਨਤ ਕਰਨੀ ਬਾਈ ਬਹੁਤ ਜ਼ਿਆਦਾ ਔਖੀ ਆ ਹਰ ਕਿਸੇ ਦੇ ਹੱਥ ਵੱਸ ਦੀ ਖੇਡਣੀ ਬਾਈ ਇਹ ਹਰ ਜਿਹੜੀਆਂ ਉਹਦੀਆਂ ਇੰਜਰੀਆਂ ਹੁੰਦੀਆਂ ਨਾ ਬਾਈ ਉਹ ਹੌਲੀ ਹੌਲੀ ਜਿਵੇਂ ਜਿਵੇਂ ਏਜ ਦੇ ਹਿਸਾਬ ਨਾਲ ਉਹ ਜਾਗਦੀਆਂ ਬਾਈ ਉਹਨਾਂ ਨੇ ਜਾਗਣਾ ਵੀ ਆ ਅੱਜ ਬਲੱਡ ਦਾ ਜੋਸ਼ ਆ ਅੱਜ ਪਾਵਰ ਆ ਪ੍ਰੈਕਟਿਸ ਆ ਹੌਲੀ ਹੌਲੀ ਕਬੀਲਦਾਰੀਆਂ ਦੇ ਵਿੱਚ ਪੈ ਕੇ ਬੰਦਾ ਬੱਚਿਆਂ ਨੂੰ ਚੀਜ਼ ਖਵਾ ਸਕਦਾ ਆਪ ਨਹੀਂ ਖਾਂਦਾ ਜਦੋਂ ਬਾਪ ਬਣਦਾ ਨਾ ਉਦੋਂ ਉਹਨੂੰ ਬਾਪ ਦੀ ਕੀਮਤ ਦਾ ਪਤਾ ਲੱਗਦਾ ਕਿ ਬਾਪ ਦੀ ਕੀਮਤ ਕੀ ਹੁੰਦੀ ਆ ਵੀ ਬਾਪ ਬਣ ਕੇ ਆਪਦੇ ਢਿੱਡ ਨੂੰ ਗੰਢ ਦੇਣੀ ਪੈਂਦੀ ਤੇ ਬੱਚਾ ਨਾ ਮੇਰਾ ਮਾੜਾ ਰਹਿ ਜੇ ਇਹ ਨਾ ਉੱਥੇ ਬੱਚਿਆਂ 'ਚ ਜਾ ਕੇ ਕਿਤੇ ਮੇਰੇ ਬੱਚੇ ਨੂੰ ਕੋਈ ਢਾਲੇ ਤੇ ਜਾਂ ਮੇਰਾ ਬੱਚਾ ਮਾੜਾ ਹੀ ਹੋਵੇ ਜਾਂ ਹਰੇਕ ਮਾਂ ਬਾਪ ਦਾ ਸੁਪਨਾ ਹੁੰਦਾ ਕਿ ਸਾਡਾ ਬੱਚਾ ਖੜਿਆ ਦਿਸੇ ਜਾਂ ਸਾਡਾ ਬੱਚਾ ਕਮਜ਼ੋਰ ਨਾ ਹੋਵੇ ਕੋਈ ਅਗਲਾ ਕਵੇ ਕਿ ਤਾਂ ਐਂ ਫੜਕਿਆ ਜਾ ਪਿਆ ਹੈ ਕਿਉਂਕਿ ਬਈ ਉਦੋਂ ਜਾ ਕੇ ਉਹਦੀਆਂ ਜਿਹੜੀਆਂ ਇਹ ਇੰਜਰੀਆਂ ਜਾਂ ਇਹ ਚੀਜ਼ਾਂ ਉਹਨਾਂ ਨੇ ਜਾਗਣਾ ਹੀ ਜਾਗਣਾ ਕਿਉਂਕਿ ਅੱਜ ਇਕੱਲੇ ਆ ਬਈ ਸਿੰਗਲ ਆ ਅੱਜ ਆਪਦੇ ਢਿੱਡ ਦਾ ਹੀ ਫਿਕਰ ਆ ਇਕੱਲੇ ਦਾ ਹੈ ਅੜਕੇ ਜੇ ਦੁਕਾਨ ਦੋ ਚਾਰ ਬੱਚਿਆਂ ਦੇ ਪੇਟ ਦਾ ਫਿਕਰ ਹੋਊਗਾ ਫਿਰ ਆਪਦੇ ਦਾ ਛੱਡਣਾ ਪੈਣਾ ਫਿਰ ਤਾਂ ਗੱਲ ਉੱਥੇ ਆ ਜਾਂਦੀ ਹੈ ਵੀ ਉਹਨੂੰ ਜਿਹੜੀ ਪਹਿਲਾਂ ਕਲਪਨਾ ਆ ਵਿਚਾਲੜੀ ਕਲਪਨਾ ਤੇ ਜਿਹੜੀ ਮਗਰੋਂ ਆ ਕੇ ਆ ਇਹ ਸੱਟਾਂ ਦੀ ਉਹ ਗਾਉਣ ਵਾਲਾ ਮੱਲ ਕੰਜਰੀ ਲੈਂਦੇ ਜੋਗਨ ਵਿੱਚ ਬਾਹਰ ਬੁੱਢੇ ਹੋ ਵੇਲੇ ਨੂੰ ਝੂਰਦੇ ਜਦੋਂ ਹਿੰਮਤ ਜਾਂਦੇ ਹਾਰ ਫਿਰ ਉਹ ਗੱਲਾਂ ਸੱਚ ਹੋ ਜਾਂਦੀਆਂ ਯਾਰ ਇਹ ਤਾਂ ਐਂ ਕੀਤਾ ਇਹਨੇ ਤਾਂ ਉਹ ਕੀਤਾ ਇਹ ਤਾਂ ਸੀ ਇਹ ਤਾਂ ਉਹ ਸੀ ਕਿ ਬਈ ਗੱਲਾਂ ਤਾਂ ਹੋ ਹੀ ਜਾਣੀਆਂ ਪਰ ਜਿਹੜੀ ਆਪਦੇ ਤੇ ਆ ਨਾ ਉਹ ਬੰਦਾ ਆਪ ਹੀ ਜਾਣ ਸਕਦਾ ਜਿਸ ਤਾਂ ਨੂੰ ਲੱਗਦੀ ਆ ਉਹ ਤਾਂ ਨਹੀਂ ਜਾਣਦਾ ਤੇ ਕੌਣ ਜਾਣਦਾ ਪੀੜ ਪਰਾਈ ਬਾਈ ਲੱਖੇ ਵੀਰੇ ਹੁਣ ਆਪਣੇ ਕਿੰਨਾ ਕੁ ਬਦਲਾਅ ਆਇਆ ਜ਼ਿੰਦਗੀ 'ਚ ਜ਼ਿੰਦਗੀ 'ਚ ਬਾਈ ਫਿਲਹਾਲ ਮੈਂ ਠੀਕ ਮਹਿਸੂਸ ਕਰਦਾ ਚਲੋ ਬਾਈ ਯਾਰ ਪੈਸੇ ਆਪਦੀ ਥਾਂ ਤੇ ਯਾਰ ਹੈ ਨਹੀਂ ਗੇ ਚੱਲ ਕੋਈ ਨਹੀਂ ਜੇ ਹੈ ਨਹੀਂ ਗੇ ਤਾਂ ਕਿਹਨੂੰ ਦੋਸ਼ ਦੇਈਏ ਕਿ ਯਾਰ ਪੈਸੇ ਹੈ ਨਹੀਂ ਗੇ ਹੈ ਵੀ ਜੇ ਗੱਡੀ ਹੈ ਨਹੀਂ ਤਾਂ ਕਿਹਨੂੰ ਦੋਸ਼ ਦੇਈਏ ਕਿ ਗੱਡੀ ਹੈ ਨਹੀਂ ਹੈ ਵੀ ਹੁਣ ਉਹੀ ਗੱਲ ਆ ਵੀ ਪ੍ਰਾਈਵੇਟ ਖੇਡ ਆ ਬਾਈ ਇਹਦੇ 'ਚ ਕਿਹੜਾ ਕੋਈ ਕਿਸੇ ਤੇ ਦੋਸ਼ ਆ ਪਰ ਫਿਲਹਾਲ ਮਹਿਸੂਸ ਕਰਦਾ ਕਿ ਯਾਰ ਭਰਾਵਾਂ ਦਾ ਪਿਆਰ ਆ ਕਿ ਲੱਖੇ ਕੋਈ ਨਹੀਂ ਕਦੇ ਨਾ ਕਦੇ ਤਾਂ ਮੰਗਾਂਗੇ ਕੀ ਤੇ ਅਗਲਾ ਦੇਊਗਾ ਕੀ ਜਿਹਨੂੰ ਜਿੰਨਾ ਚੰਗਾ ਲੱਗਦਾ ਉਹ ਬਹੁਤ ਜ਼ਿਆਦਾ ਸੰਤੁਸ਼ਟ ਆ ਕਿ ਜਿਹੜਾ ਭਰਾਵਾਂ ਦਾ ਪਿਆਰ ਆ ਨਾ ਬਾਈ ਆ ਫੋਨ ਆ ਗਏ ਮੈਸੇਜ ਆ ਗਿਆ ਗੱਲ ਕਰ ਲਈ ਵੀਰੇ ਕੋਈ ਨਹੀਂ ਪਰਮਾਤਮਾ ਜ਼ਰੂਰ ਸੁਣੂਗਾ ਬਾਈ ਤੂੰ ਮਿਹਨਤ ਕਰੀ ਹੌਸਲਾ ਹੌਸਲਾ
ਬਸ ਬਾਈ ਇਹਦੇ ਨਾਲ ਪ੍ਰੈਕਟਿਸ ਕਰੀ ਜਾਂਦੇ ਆ ਤੇ ਹੋਰ ਤਿਆਰੀ ਕਰੀ ਜਾਂਦੇ ਬਾਈ ਕਿ ਕਹਿੰਦਾ ਕੋਈ ਗੱਲ ਨਹੀਂ ਲੱਖੇ ਘੱਟੋ ਘੱਟ ਆਪਾਂ ਫ੍ਰੀ ਹਾਂ ਆਪਾਂ ਖੇਡ ਸਕਦੇ ਹਾਂ ਆਪਾਂ ਕਿਹੜਾ ਕੋਈ ਹਜੇ ਐਡੀ ਗੱਲ ਆ ਵੀ ਆਪਦੀ ਪ੍ਰੈਕਟਿਸ ਤਾਂ ਕਰ ਬੋਡੀ ਦਾ ਕੈਮ ਰੱਖ ਕਿ ਕਿਸੇ ਲਈ ਸੁਨੇਹਾ ਤਾਂ ਬਣ ਉਹ 43-42 ਸਾਲ ਦਾ ਬੰਦਾ ਫਿੱਟ ਆ ਯਾਰ ਉਹ ਹੈ ਆਪਾਂ 23-24 ਸਾਲ ਦੇ ਦਿਲ ਛੱਡੀ ਬੈਠੇ ਹੈ ਨਵੇਂ ਮੁੰਡੇ ਆ ਉਹਨਾਂ ਨੂੰ ਕੁਛ ਤਾਂ ਸਿੱਧ ਹੋਊਗੀ ਕਿ ਯਾਰ ਉਹ ਬਾਈ ਤਾਂ ਯਾਰ ਆਪਣੇ ਵੱਲੋਂ ਵੀ ਕੈਮ ਪਿਆ ਹੈ ਵੀ ਉਹ 43-42 ਦਾ ਹੋ ਕੇ ਨੀ 43-42 ਦਾ ਲੱਗਦਾ ਬਾਈ ਆਪਾਂ ਉਮਰ ਅਮਰ ਨੀ ਲੁਕਾਉਂਦੇ ਆਪਾਂ ਜਿਹੜਾ ਕੁਛ ਹੈਗਾ ਸੱਚੀ ਸਾਹਮਣੇ ਹੀ ਆ ਵੀ ਆਹ ਚੀਜ਼ ਆ ਹੈ ਵੀ 12-2-1982 ਦੀ ਡੇਟ ਆਫ ਬਰਥ ਆ ਜਿੰਨੀ ਬਣਦੀ ਬਣਾ ਲਓ ਵੀ ਇੱਥੋਂ ਤੱਕ ਹੈਗੀ ਆ ਵੀ ਖੇਡਦੇ ਆ ਖੇਡੀ ਜਾਂਦੇ ਆ ਕੋਈ ਗੱਲ ਨੀ ਜੇ ਨਾ ਖੇਡੀ ਹੋਊਗੀ ਹਾਰ ਜਾਵਾਂਗੇ ਬਾਈ 42 ਸਾਲ ਦੀ ਉਮਰ ਚ ਟੈਟੂ ਦਾ ਸ਼ੌਂਕ ਪਿਆ ਹੈ ਹਾਂ ਬਾਈ 41 ਹੋ ਗਈ ਬਾਰਾ ਫਰਵਰੀ ਚ 42 ਹੋ ਜਾਣੀ ਆ ਬਾਈ ਇਹ ਆਪਣੇ ਕਦੋਂ ਬਣਵਾਇਆ ਵੀਰੇ ਇਹ ਬਾਈ ਇਹਨੂੰ ਤਾਂ ਆਵੇ ਬਸ ਚੱਲ ਹੀ ਜਾਂਦਾ ਬਾਈ ਥੋੜਾ ਥੋੜਾ ਨਾ ਆਵੇ ਹੋ ਹੀ ਜਾਂਦਾ ਫੀਂਡ ਲੱਥੀ ਜਾਂਦਾ ਹਜੇ ਇਹਦੇ ਕਰਕੇ ਮੈਂ ਮੈਚ ਨਹੀਂ ਖੇਡਦਾ ਵੀ ਇਹ ਪੂਰਾ ਹੋ ਜਾਵੇ ਯਾਰ ਨਹੀਂ ਤਾਂ ਬਾਈ ਉਹ ਵੀਰਿਆਂ ਦਾ ਪਿਆਰ ਆ ਯਾਰ ਬਾਈ ਐ ਵੀ ਮੈਂ ਕਿੰਨਾ ਯਾਰ ਉਹਨਾਂ ਰਾਜਾਰਾਂ ਦਾ ਕੀਤਾ ਖਰਾ ਨਾ ਖੂਚ ਪੈ ਜਾਵੇ ਤੇ ਉਹਨਾਂ ਨੇ ਇੰਨਾ ਪਿਆਰ ਬਖਸ਼ਿਆ ਬਾਈ ਮੈਂ ਉਹਨਾਂ ਨੂੰ ਕਹਿੰਦਾ ਦਿਲ ਚ ਵੀਰੇ ਉਹ ਮੇਰੇ ਚੱਪੇ ਚੱਪੇ ਤੇ ਆ ਖੜੇ ਬਾਈ ਹੁਣ ਦੇ ਨਾ ਉੱਠਦਾ ਵੇਂਦਾ ਹੀ ਮੈਨੂੰ ਗੁਰੀ ਵੀਰਾ ਦਿਖ ਜਾਂਦਾ ਠੀਕ ਆ ਉਹਨਾਂ ਨੇ ਬਣਵਾ ਕੇ ਦਿੱਤਾ ਹਾਂ ਬਾਈ ਗੁਰੀ ਵੀਰਾ ਆਪਣਾ ਇਟਲੀ ਦੇ ਵਿੱਚ ਮਦੋਰ ਪੱਟੀ ਪਿੰਡ ਆ ਉਹਦਾ ਹਰੀ ਕੈਂਪ ਲਾਗੇ ਤਰਨ ਤਰਨ ਪੱਟੀ ਕੋਲੇ ਤੇ ਵੀ ਉਹ ਵੀਰੇ ਦਾ ਮੈਨੂੰ ਫੋਨ ਲੱਗੇ ਭਾਜੀ ਕਹਿੰਦਾ ਤੇਰੇ ਟੈਟੂ ਹੈ ਨਹੀਂ ਯਾਰ ਕੋਈ ਵੀ ਯਾਰ ਭਰਾਵਾ ਆਪਣੀ ਪਹੁੰਚ ਵੀ ਹੈ ਨਹੀਂ ਯਾਰ ਬਾਈ ਕੋਈ ਗੱਲ ਨੀ ਤੂੰ ਟੈਟੂ ਕਰਵਾ ਲਾ ਮੈਂ ਕੋਈ ਗੱਲ ਨੀ ਬਾਈ ਤੁਸੀਂ ਮੈਂ ਕਿਹਾ ਵੀ ਬਾਈ ਮੈਂ ਤਾਂ ਕਿਸੇ ਦੁਕਾਨ ਵਾਲੇ ਨੂੰ ਨਹੀਂ ਜਾਣਦਾ ਵੀ ਨਾ ਮੈਂ ਤਾਂ ਕਿਤੇ ਝਰੀਟ ਨਹੀਂ ਮਰਾਈ ਪਿੰਡੇ ਤੇ ਵੀ ਨਾ ਹੀ ਆਪਾਂ ਨੂੰ ਇੰਨਾ ਸ਼ੌਂਕ ਆ ਵੀ ਇਹ ਹੁੰਦਾ ਕਿਵੇਂ ਤੇ ਬਣਾਉਂਦੇ ਕਿਵੇਂ ਇਹ ਤੇ ਬਾਈ ਉਹ ਨਾ ਉਹਨੇ ਬਣ ਗਿਆ ਤੇ ਜਦੋਂ ਘਰੇ ਆ ਕੇ ਮਾਤਾ ਨੇ ਤੇ ਉਹਨੇ ਦੇਖਣਾ ਕਿ ਲੇਕਿਨ ਜਿਹੜੇ ਮੁੰਡੇ ਬਾਹਰ ਆ ਤੇ ਵੀ ਉਹਨਾਂ ਦੇ ਟੈਟੂ ਕਰਕੇ ਉਹ ਬਾਹਰ ਜਾਂਦੇ ਆ ਹਾਂ ਬੀਬੀ ਤੇ ਹੁਣ ਤੂੰ ਬਣਾ ਲਿਆ ਹੁਣ ਤੂੰ ਤੂੰ ਵੀ ਹੁਣ ਬਾਹਰ ਜਾਵੜੇਗਾ ਹਾਂ ਬੀਬੀ ਹੁਣ ਮੈਂ ਵੀ ਬਾਹਰ ਜਾੜੂਗਾ ਭੋਲੀ ਆ ਬਾਈ ਉਹਨੂੰ ਪਤਾ ਨੀ ਗਿਆ ਵਿਚਾਰੀ ਨੂੰ ਇੰਨਾ ਬਸ ਉਹਨੂੰ ਐਂ ਹੁੰਦਾ ਕਿ ਸ਼ਾਇਦ ਕੁਛ ਨਵਾਂ ਜਿਹਾ ਬਦਲਾ ਆ ਗਿਆ ਟੈਟੂ ਬਣਿਆ ਹਨਾ ਹਾਂ ਬੀਬੀ ਇਹ ਬਾਹਰ ਆ ਜਿਹਦੇ ਮੈਂ ਦੱਸਣਾ ਟੈਟੂ ਬਣਿਆ ਬਾਹਰ ਆ ਉਹਨੇ ਕਹਿਣਾ ਹਾਏ ਲੱਖੀ ਫਿਰ ਤੂੰ ਟੈਟੂ ਹੀ ਬਣਵਾ ਲਾ ਤੂੰ ਬਾਹਰ ਚੱਲ ਜਾਏਗਾ ਮੈਂ ਕਿਹਾ ਬੀਬੀ ਹੁਣ ਟੈਟੂ ਬਣ ਗਿਆ ਚੱਲ ਤੇਰੀ ਖੁਸ਼ੀ ਆ ਸਾਰਾ ਕੁਛ ਬਾਈ ਮੈਨੂੰ ਕੀ ਚਾਹੁੰਦੀ ਆ ਉਹ ਮੈਨੂੰ ਕੀ ਬਣਾਉਣਾ ਚਾਹੁੰਦੀ ਆ ਜਾਂ ਇਹ ਮੇਰਾ ਪਿਓ ਆ ਉਹਦੇ ਕੀ ਮਨ ਦੇ ਵਿੱਚ ਸੁਪਨੇ ਆ ਜਾਂ ਉਹਨੇ ਨਿੱਕੇ ਨਿੱਕੇ ਹੁੰਦਿਆਂ ਨੂੰ ਪਾਲਿਆ ਤੇ ਜਾਂ ਉਹ ਅੱਜ ਸਾਡੇ ਪ੍ਰਤੀ ਕੀ ਸੋਚਦਾ ਹੋਊਗਾ ਉਹ ਆਪਦੀਆਂ ਦਿਲ ਚ ਸਮਾਈ ਬੈਠਾ ਹੋਊਗਾ ਤੇ ਫਿਰ ਵੀ ਕਹੀਦਾ ਕਿ ਪਰਮਾਤਮਾ ਤੇਰਾ ਸ਼ੁਕਰ ਆ ਕਿ ਉਹਨਾਂ ਦੇ ਸਾਹਮਣੇ ਐਂ ਨੀਗਾ ਵੀ ਕਿ ਉੱਥੋਂ ਚੱਕ ਕੇ ਲਿਆਉਣੇ ਪੈਂਦੇ ਜਾਂ ਉੱਥੋਂ ਚੱਕ ਕੇ ਲਿਆਉਣੇ ਪੈਂਦੇ ਆ ਜਾਂ ਉੱਥੇ ਫਿਰਦੇ ਇੱਥੇ ਫਿਰਦੇ ਆ ਚਲੋ ਟਾਈਮ ਨਾਲ ਘਰੇ ਆਈਦਾ ਬਈ ਪੈ ਜਾਈਦਾ ਗਰਾਊਂਡ ਜਾਵੜੀ ਦਾ ਜੋ ਕਿਸਮਤ 'ਚ ਲਿਖਿਆ ਉਹ ਚੱਲ ਪਰਮਾਤਮਾ ਦੇਈ ਜਾਂਦਾ ਖਾਈ ਖਰਚੀ ਵਰਤੀ ਜਾਂਦੇ ਆ ਉਹ ਵੱਖਰੀ ਗੱਲ ਆ ਪਰ ਇੰਨਾ ਹੀ ਆ ਕਿ ਉਹਨਾਂ ਦੀਆਂ ਅੱਖਾਂ ਸਾਹਮਣੇ ਆ ਬਾਈ ਮੈਚ ਆਪਣੇ ਕਰਦੇ ਸ਼ੁਰੂ ਹੋਣ ਖੇਡਣੇ ਹਾਂ ਬਾਈ ਮੈਚ ਬਸ ਆਹ ਨਾ ਥੋੜਾ ਜਿਹਾ ਹੋਈ ਜਾਂਦਾ ਤੇ ਬਸ ਇਹਦੀ ਵੇਟ ਹੀ ਆ ਬਾਈ ਤਿਆਰੀ ਆ ਫੁੱਲ ਬਾਬੇ ਦੀ ਕਿਰਪਾ ਨਾਲ ਖੇਡਾਂਗੇ ਬਾਈ ਵੀਰੇ ਬਹੁਤ ਵੇਟ ਕਰੀ ਜਾਂਦੇ ਆ ਕਿ ਲੱਖੇ ਸ਼ਾਇਦ ਤੂੰ ਖੇਡਣੋਂ ਹਟ ਗਿਆ ਜਾਂ ਤੂੰ ਖੇਡਦਾ ਨੀ ਜਾਂ ਪਤਾ ਨੀ ਤੂੰ ਕਿੱਥੇ ਹੋਏਗਾ ਬਈ ਆ ਮੈਨੂੰ ਟੈਟੂ ਕਰਕੇ ਇਹਦੇ ਤੇ ਮਹੀਨਾ ਸਵਾ ਮਹੀਨਾ ਲੱਗ ਗਿਆ ਬਈ ਇਹ ਕੰਮ ਵੱਡਾ ਸੀਗਾ ਬਾਗੇ ਪੁਰਾਣੇ ਤੋਂ ਬਣਾਇਆ ਮੁੰਡਾ ਗੌਰਮਖ ਟੈਟੂ ਆਰਟਸ ਵਾਲਾ ਅੱਛਾ ਹਾਂ ਬਈ ਤੇ ਉਹ ਵੀਰੇ ਕੋਲੋਂ ਬਣਾਇਆ ਬਈ ਵੀ ਮੈਂ ਕਿਹਾ ਬਈ ਵੀ ਐਂ ਕਰਕੇ ਉਹਨਾਂ ਨੇ ਬਾਈਆਂ ਨੇ ਆਪਾਂ ਨੂੰ ਭੇਜ ਦਿੱਤਾ ਤੇ ਵੀ ਉਹਨੇ ਬਣਾਤਾ ਬਈ ਬਾਈ ਦਾ ਸੁਭਾਅ ਵੀ ਬਹੁਤ ਘੈਂਟਾ ਬਈ ਉਹਨੇ ਵਿਚਾਰੇ ਨੇ ਬਣਾਇਆ ਵੀ ਰੀਝ ਨਾਲ ਬਈ ਵੀ ਐਵੇਂ ਮੈਂ ਕਹਾਂ ਕਿ ਮੈਂ ਕਿਹਾ ਵੀ ਵੀਰੇ ਇਹ ਨਾ ਹੋਵੇ ਵੀ ਉਹੀ ਗੱਲ ਹੋਵੇ ਵੀ ਸਾਡੇ ਪਲੇਅਰ ਤਾਂ ਆਉਂਦੇ ਪਲੇਅਰਾਂ ਨਾਲ ਆਰਟਿਸਟ ਵੀ ਬਹੁਤ ਆਉਂਦੇ ਆ ਐਕਚੁਅਲੀ ਇਹ ਚੀਜ਼ਾਂ ਦੇਖਣ ਵਾਲੇ ਵੀ ਜਾਂ ਅੱਛਾ ਤੇ ਵੀ ਇਹ ਕਿਤੇ ਉਵੇਂ ਹੋਵੇ ਕਹਿੰਦਾ ਨਹੀਂ ਬਾਈ ਕਹਿੰਦਾ ਮੁੰਡੇ ਮੈਚ ਖੇਡਣ ਲੱਗ ਪਏ ਤੁਹਾਡੇ ਹਾਂਜੀ ਬਾਈ ਇਹ ਵੀਰੇ ਤੁਹਾਡੇ ਇਧਰ ਨਾ ਕੋਸਕੋ ਕ੍ਰਿਕਟ ਵੀ ਚੱਲਦੀ ਹੈ ਨਾ ਹਾਂ ਬਾਈ ਇਹੀ ਚੱਲਦੀ ਜਾਲੇ ਇਹੀ ਖੇਡਦੇ ਬਾਈ ਹਾਂ ਉਹ ਨਹੀਂ ਵੀ ਜਿਹੜੀ ਉਹ ਪੱਥਰ ਵਾਲੀ ਹੁੰਦੀ ਆ ਕਾਰ ਵਾਲੀ ਉਹ ਨਹੀਂ ਆਹੀ ਆ ਬਾਈ ਟੂਰਨਾਮੈਂਟ ਕਰਾਉਂਦੇ ਬਾਈ ਇਹ ਦੋ ਦੋ ਤਿੰਨ ਤਿੰਨ ਟੂਰਨਾਮੈਂਟ ਕਰਾ ਲੈਂਦੇ ਸਾਲ ਚ ਮੇਰੇ ਹਿਸਾਬ ਨਾਲ ਕੋਸਕੋ ਚ ਵੀ ਕਾਫੀ ਇਨਾਮ ਵਗੈਰਾ ਨਾ ਹਾਂ ਬਈ ਇਹ 31-31 ਹਜ਼ਾਰ ਰੁਪਇਆ ਰੱਖਦੇ ਬਈ 41-41 ਹਜ਼ਾਰ ਅੱਛਾ ਹਾਂਜੀ ਸ਼ੌਕ ਹੈਗਾ ਉਹਦਾ ਕ੍ਰਿਕਟ ਦਾ ਵੀ ਕਿ ਨਹੀਂ ਬਈ ਵੇਲਾ ਐ ਖੇਡ ਲਈਦਾ ਸੀ ਇੱਥੇ ਆ ਕੇ ਜਿਹੜੇ ਨਾਲ ਫੀਲਡਰ ਘੱਟ ਹੋਵੇ ਕਈ ਦਾ ਚੱਲ ਆਦੀ ਰਨਿੰਗ ਹੋ ਜੂਗੀ ਠੀਕ ਹੈ ਠੀਕ ਤੇ ਨਾਲੇ ਆਪਦੀ ਪ੍ਰੈਕਟਿਸ ਹੋ ਜੂਗੀ ਇਹਨਾਂ ਨਾਲ ਭੱਜੇ ਫੇਰਨਾ ਬਸ ਗਿੰਦਾ ਫੜਦੇ ਇਹਨਾਂ ਨੂੰ ਫੜਾ ਦੇਣੀਆਂ ਜਾਂ ਉਹਦੇ ਬੈਟ ਤੇ ਕਹਿਣਾ ਮੈਨੂੰ ਇੰਨੀ ਤੇਜ਼ ਨਾ ਕਰਾਇਓ ਭਰਾਵੋ ਮੈਨੂੰ ਤਾਂ ਹੌਲੀ ਕਰਾਇਓ ਜਿਹੜੇ ਲੱਗ ਜੇ ਜਦੋਂ ਮਾਤਾ ਨੇ ਤੁਹਾਡੀਆਂ ਇੰਟਰਵਿਊ ਦੇਖੀਆਂ ਹਾਂਜੀ ਬਾਈ ਤੇ ਮਾਤਾ ਆਪਣੇ ਹੋਈ ਖੁਸ਼ ਪੂਰੀ ਫਿਰ ਹਾਂ ਬਾਈ ਮਾਤਾ ਨੂੰ ਬਹੁਤ ਹੋਇਆ ਕਿ ਲੱਖੇ ਚੱਲ ਕੋਈ ਨਹੀਂ ਤੇਰਾ ਨਾਂ ਹੋ ਗਿਆ ਤੇ ਉਹਨੂੰ ਚੰਗਾ ਲੱਗਾ ਬਾਈ ਹੁਣ ਉਹਦਾ ਵੀਰੇ ਕਿਹੜੀ ਟੀਮ ਵੱਲੋਂ ਬੰਦੀ ਵੀ ਗੱਲਬਾਤ ਟੀਮ ਭਾਜੀ ਵੀ ਹਜੇ ਨਾ ਜਿੱਦਾਂ ਵੀ ਮੇਰੀ ਇੱਕ ਦੋ ਥਾਵਾਂ ਤੇ ਗੱਲ ਹੋਈ ਜਾਂਦੀ ਆ ਵੀ ਪੱਕਾ ਤਾਂ ਬਾਈ ਐਂ ਹੁੰਦਾ ਵੀ
ਜਿੰਨਾ ਟਾਈਮ ਬੰਦਾ ਖੇਡਦਾ ਨਹੀਂ ਜਾਂ ਜਾ ਕੇ ਜਾਂਦਾ ਨਹੀਂ ਹਨਾ ਉਹਨਾਂ ਟਾਈਮ ਐਵੇਂ ਉਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਵੀ ਮੈਂ ਤਾਂ ਜਿੱਦੇ ਜਾਊਂਗਾ ਜਿੱਦੇ ਖੇਡੂੰਗਾ ਮੈਨੂੰ ਤਾਂ ਉਦੇ ਵਿਸ਼ਵਾਸ ਹੋਊਗਾ ਕਿ ਹਾਂ ਮੈਂ ਇਸ ਟੀਮ 'ਚ ਖੇਡਦਾ ਤੇ ਬਾਕੀ ਚਲੋ ਆਪਣੇ ਪਲੇਅਰ ਆ ਬਾਈ ਸੀਨੀਅਰ ਪਲੇਅਰ ਆ ਵੱਡੇ ਪਲੇਅਰ ਆ ਚੱਲ ਜਿਹਨਾਂ ਨੂੰ ਪਰਮਾਤਮਾ ਨੇ ਨਾਂ ਦਿੱਤਾ ਆਪਾਂ ਕਹਿੰਦੇ ਕਿ ਚੱਲ ਮੇਰਾ ਨਹੀਂ ਕਿਸੇ ਪਲੇਅਰ ਦਾ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਚੱਲ ਜਿੰਨੇ ਵੱਧ ਤੋਂ ਵੱਧ ਹੁਣ ਗੋਪੀ ਭਾਜੀ ਆ ਭਾਜੀ ਫਰੰਦੀਪੁਰ ਵੀ ਦਾ ਹੈਨਾ ਉਹਨੇ ਬਹੁਤ ਟੌਪ ਕਬੱਡੀ ਖੇਡੀ ਅੱਜ ਵੀ ਬਾਬੇ ਦੀ ਕਿਰਪਾ ਉਹਦੇ ਤੇ ਅੱਜ ਉਹਨੇ ਪਲੇਅਰ ਤਿਆਰ ਕਰਦਾ ਅੱਜ ਉਹ ਪਲੇਅਰਾਂ ਨੂੰ ਖੜਾਈ ਜਾਂਦਾ ਬਾਈ ਮਾੜਾ ਨਹੀਂ ਕਰਦਾ ਮੈਂ ਉਹ ਵੀਰੇ ਦੀ ਰਿਸਪੈਕਟ ਕਰਦਾ ਕਿ ਕਮਾਈ ਆਪਦੀ ਥਾਂ ਤੇ ਆ ਬਾਈ ਮਿਹਨਤ ਆਪਦੀ ਥਾਂ ਤੇ ਆ ਪਰ ਜਿਹੜਾ ਅੱਜ ਕਿੰਨੇ ਪਲੇਅਰਾਂ ਨੂੰ ਮੌਕਾ ਮਿਲਿਆ ਬਾਈ ਦੀ ਬਦੌਲਤ ਹੈ ਉਹ ਪਲੇਅਰ ਉਹਦਾ ਸ਼ੁਕਰਾਨਾ ਕਰਨ ਜਾਂ ਨਾ ਕਰਨ ਉਹ ਵੱਖਰੀ ਗੱਲ ਆ ਪਰ ਮੈਂ ਕਰਦਾ ਬਾਈ ਦਾ ਬਾਈ ਕਿ ਅੱਜ ਉਹ ਮਾਝੇ ਦੇ ਵਿੱਚ ਕਿੰਨੇ ਪਲੇਅਰ ਆਪਦੇ ਨਾਲ ਲੈ ਕੇ ਤੇ ਉਹਨਾਂ ਬੰਦਿਆਂ ਨੂੰ ਉਹ ਗੇਮ ਸਿਖਾਈ ਜਾਂਦਾ ਬੇਸ਼ੱਕ ਜੇ ਉਹ ਨਹੀਂ ਬਾਹਰ ਪਲੇਅਰ ਤਕਰੀਬਨ ਬਾਹਰ ਆ ਉਹ ਨਹੀਂ ਬਾਹਰ ਉਹ ਵੱਖਰੀ ਗੱਲ ਆ ਪਰ ਜਿਹੜਾ ਉਹਦਾ ਆਹ ਕੰਮ ਆ ਬਾਈ ਇਹ ਬਾਹਰ ਨਾਲੋਂ ਵੀ ਵੱਡਾ ਅਸਲੀਅਤ ਚ ਮਾਝੇ ਦੀ ਕਬੱਡੀ ਨੂੰ ਜੇ ਕਿਤੇ ਜਿਉਂਦਾ ਰੱਖਿਆ ਹੋਇਆ ਗੋਪੀ ਫਰੰਦੀ ਭਾਈ ਨੇ ਰੱਖਿਆ ਬਾਈ ਗੋਪੀ ਭਾਈ ਨੇ ਰੱਖਿਆ ਕੋਈ ਸ਼ੱਕ ਨਹੀਂ ਕਿਉਂਕਿ ਬਾਈ ਉਹ ਅੱਜ ਬਾਈ ਕੋਲੇ ਸਾਈਆਂ ਹੈ ਉਹਦੇ ਕੋਲੇ ਵੱਡੀਆਂ ਸਾਈਆਂ ਬਾਈ ਉਹ ਵੱਡੇ ਵੱਡੇ ਪਲੇਅਰ ਸੱਦ ਕੇ ਖੜਾ ਸਕਦਾ ਪਾਸੋਂ ਮਾਲਵੇ ਦੇ ਸੱਦ ਸਕਦਾ ਇੱਧਰ ਉੱਧਰ ਸੱਦ ਸਕਦਾ ਉਹੀ ਪਲੇਅਰ ਨੈੱਤ ਲੈ ਕੇ ਕਿਉਂ ਖੜਾਈ ਜਾਂਦਾ ਜਿਹੜੇ ਉਹਦੇ ਨਾਲ ਪੱਕੇ ਖੇਡਦੇ ਆ ਹੈ ਕਿਉਂਕਿ ਨਹੀਂ ਬਾਈ ਉਹਨਾਂ ਨੂੰ ਕੁਛ ਬਣਾਉਣਾ ਚਾਹੁੰਦਾ